ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਨਾ ਮਨੋਰਥ ਜਪ ਜੀ ਸਾਰੋ, ਪੂਰਬ ਸਮਝੇ ਸਕਲ ਉਚਾਰੋ, ਸ੍ਰੀ ਨਾਨਕ ਗਾਦੀ ਵਡਿਆਈ, ਸਗਰੇ ਜਗ ਕੀ ਬਰ ਗੁਰ ਆਈ, ਬਿਨਾ ਮਨੋਰਥ ਜਪ ਜੀ ਸਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ, ਦੀਨਾ ਬੰਧੂ, ਕਿਰਪਾ ਦੇ ਸਾਗਰ, ਪਤਿਤ ਪਾਵਨ, ਭਗਤ ਵਛਲ, ਜਾਗਦੀ ਜੋਤ, ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਜੀਵਨ ਦੇ ਅਮੋਲਕ ਸਵਾਸਾਂ ਨੂੰ ਮਹਾਰਾਜ ਦੀ ਸੰਗਤ ਵਿੱਚ ਬੈਠ ਕੇ ਆਪ ਸਫਲਿਆਂ ਕਰ ਰਹੇ ਹੋ। ਇਹ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਜੋੜ ਮੇਲੇ ਸਿਮਰਨ ਸਮਾਗਮ ਵਡਭਾਗੀ ਹੋ ਆਪ ਪਿਆਰ ਨਾਲ ਹਾਜ਼ਰੀਆਂ ਭਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਮਹਾਰਾਜ ਜੀ ਦਾ ਅੰਮ੍ਰਿਤ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਧਰਮਵੀਰ ਸਤਿਗੁਰੂ ਜੀ, ਹਜ਼ੂਰ ਜੀ ਦਾ ਜੁਸ ਜੁਦ ਜਦੋਂ ਫਤਿਹ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ, ਹਜ਼ੂਰ ਨੇ ਸਿੱਖਾਂ ਨੂੰ ਘੋੜੇ ਨਵੇਂ ਬਖਸ਼ੇ ਆ ਚੜ੍ਹਨ ਵਾਸਤੇ, ਸਤਿਗੁਰੂ ਜੀ ਦੇ ਵਾਸਤੇ ਪੱਛਮ ਦੀ ਦਿਸ਼ਾ ਤੋਂ ਸੰਗਤ ਆਈ ਹੈ ਭੇਟਾਵਾਂ ਲੈ ਕੇ। ਉਸ ਸੰਗਤ ਵਿੱਚ ਭਾਈ ਸੁਭਾਗਾ ਜੀ ਮਹਾਰਾਜ ਵਾਸਤੇ 5 ਘੋੜੇ ਲੈ ਕੇ ਆਏ। ਸੱਚੇ ਪਾਤਸ਼ਾਹ ਨੇ ਬਹੁਤ ਖੁਸ਼ੀ ਕੀਤੀ, ਸਿੱਖ ਨੂੰ ਨਿਹਾਲ ਕਰ ਦਿੱਤਾ, ਕਿਹਾ ਭਾਈ ਸੁਭਾਗਿਆ, ਜੰਮਣ ਮਰਨ ਵਿੱਚ ਨਹੀਂ ਆਏਗਾ। ਐਡੀ ਵੱਡੀ ਦਾਤ ਦਿੱਤੀ ਸੱਚੇ ਪਾਤਸ਼ਾਹ ਨੇ। 5 ਚੋਂ 1 ਘੋੜਾ ਮਹਾਰਾਜ ਜੀ ਆਪਣੇ ਚੜ੍ਹਨ ਲਈ ਸੱਚੇ ਪਾਤਸ਼ਾਹ ਪਸੰਦ ਕੀਤਾ। ਸੁੰਦਰ ਵੇਖ ਕਰਕੇ ਸੇਵਾ ਲਈ ਸੇਵਕਾਂ ਨੂੰ ਆਗਿਆ ਕੀਤੀ। ਮਹਾਰਾਜ ਨੇ 1 ਘੋੜਾ ਬਿਧੀ ਚੰਦ ਜੀ ਨੂੰ ਚੜ੍ਹਨ ਵਾਸਤੇ ਦਿੱਤਾ। ਬਿਧੀ ਚੰਦ ਜੀ ਬਹੁਤ ਪ੍ਰਸੰਨ ਹੋਏ ਮਹਾਰਾਜ ਜੀ ਦੇ ਕੋਲੋਂ ਘੋੜਾ ਲੈ ਕਰਕੇ। 1 ਘੋੜਾ ਬਾਬਾ ਗੁਰਦਿੱਤਾ ਜੀ ਨੂੰ ਸੱਚੇ ਪਾਤਸ਼ਾਹ ਨੇ ਭੇਜਿਆ, 1 ਘੋੜਾ ਪੈਂਦੇ ਖਾਨ ਨੂੰ ਭੇਜ ਦਿੱਤਾ ਅਤੇ ਸਤ ਸੰਗਤ ਜੀ ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੰਡ ਦਿੱਤੇ। 1 ਘੋੜਾ ਸ਼ੇਸ਼ ਬਚ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਨੂੰ ਖਾਸ ਤਬੇਲੇ ਵਿੱਚ ਬਣਵਾ ਦਿੱਤਾ। 5 ਘੋੜੇ ਅਤੇ 5 ਸੋਨੇ ਦੀਆਂ ਕਾਠੀਆਂ, ਜਿਨ੍ਹਾਂ ਉੱਤੇ ਹੀਰੇ ਜਵਾਹਰਾਤ ਲੱਗੇ ਹੋਏ, ਪ੍ਰਗਟ ਹੀ ਜਗਮਗਾਹਟ ਕਰਦੀਆਂ ਉਹ ਕਾਠੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਰੋਜ਼ ਦੀਵਾਨ ਸਜਾਉਂਦੇ। 1 ਦਿਨ ਮਹਾਰਾਜ ਜੀ ਨੇ ਕਿਹਾ, ਸਿੱਖੋ, ਐਸਾ ਕੋਈ ਸਿੱਖ ਹੈ ਜਿਹੜਾ ਸਾਨੂੰ ਜਪਜੀ ਸਾਹਿਬ ਦੀ ਸ਼ੁੱਧ ਬਾਣੀ ਸੁਣਾਵੇ? ਚੁੱਪ ਹੋ ਗਏ ਅੱਗੇ ਬੈਠੇ ਸਿੱਖ। ਮਹਾਰਾਜ, ਬਾਣੀ ਅਸੀਂ ਨਿਯਮ ਨਾਲ ਪੜ੍ਹਦੇ ਹਾਂ, ਪਰ ਸੱਚੇ ਪਾਤਸ਼ਾਹ, ਅੱਖਰਾਂ ਦੇ ਉਚਾਰਨ ਅਤੇ ਲਗਾ ਮਾਤਰਾ ਲਾ ਕਰਕੇ ਮਨ ਦੇ ਫੁਰਨੇ ਰੋਕ ਕੇ ਮਹਾਰਾਜ ਅਸੀਂ ਬਾਣੀ, ਸੱਚੇ ਪਾਤਸ਼ਾਹ ਜੀ, ਇਹ ਬੜੀ ਹੀ ਦੁਸਤਰ ਗੱਲ ਵੈ। ਸਤਿਗੁਰੂ ਜੀ ਨੇ ਫਿਰ ਕਿਹਾ ਕਿ ਭਾਵੇਂ ਤੁਸੀਂ ਪਿਆਰ ਨਾਲ ਬਾਣੀ ਪੜ੍ਹਦੇ ਹੋ, ਮਹਾਰਾਜ ਸਾਹਿਬ ਜੀ ਕਹਿੰਦੇ ਕੋਈ ਸਿੱਖ ਹੈ ਜਿਹੜਾ ਸਾਨੂੰ ਅੱਖਰ ਅਤੇ ਲਗਾ ਮਾਤਰਾ ਸੋਧ ਕੇ ਮਨ ਦੇ ਫੁਰਨੇ ਰੋਕ ਕੇ 1 ਬਿਰਤੀ ਜਪਜੀ ਸਾਹਿਬ ਦਾ ਪਾਠ ਸੁਣਾਵੇ? ਫਿਰ ਸਾਧ ਸੰਗਤ ਜੀ ਭਾਈ ਗੋਪਾਲਾ ਜੀ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਖਲੋ ਗਏ, ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜੇ ਆਪਣੀ ਕਿਰਪਾ ਦਾ ਬਲ ਮੇਰੇ 'ਤੇ ਧਰੋਗੇ ਤਾਂ ਮਹਾਰਾਜ ਮੈਂ ਆਪ ਜੀ ਨੂੰ ਜਪਜੀ ਸਾਹਿਬ ਦੀ ਬਾਣੀ ਸੁਣਾ ਸਕਾਂਗਾ। ਸਤਿਗੁਰੂ ਜੀ ਖੁਸ਼ ਹੋਏ। ਮਹਾਰਾਜ ਨੇ ਕਿਹਾ, ਆਸਣ ਡਾਓ। ਹਜ਼ੂਰ ਨੇ ਆਪਣੀ ਗੁਰਿਆਈ ਤਖ਼ਤ ਤੋਂ ਉੱਚਾ ਆਸਣ ਡਵਾਇਆ। ਭਾਈ ਗੋਪਾਲਾ ਜੀ ਨੂੰ ਉੱਥੇ ਸਤਿਗੁਰੂ ਜੀ ਨੇ ਆਗਿਆ ਕਰਕੇ ਬਿਠਾਇਆ। ਵੇਖਿਆ ਸਿੱਖਾਂ ਨੇ ਕਿ ਮਹਾਰਾਜ
ਬਾਣੀ ਦਾ ਕਿੱਡਾ ਵੱਡਾ ਸਤਿਗੁਰਾਂ ਜੀ ਨੇ ਅਦਬ ਕੀਤਾ ਹੈ। ਇਹ ਮਹਾਰਾਜ ਸਿਖਾਇਆ ਹੈ ਆਪਦੇ ਸਿੱਖਾਂ ਨੂੰ। ਜਦੋਂ ਭਾਈ ਗੋਪਾਲਾ ਜੀ ਨੇ ਇੱਕ ਓਅੰਕਾਰ ਸਤਿਨਾਮ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਚੇਤੇ ਕੀਤਾ, ਫਿਰ ਜਦੋਂ ਇੱਕ ਓਅੰਕਾਰ ਤੇ ਸਤਿਨਾਮ ਉਚਾਰਿਆ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੋਵੇਂ ਹੱਥ ਜੋੜ ਕੇ ਭਾਈ ਗੋਪਾਲਾ ਜੀ ਨੂੰ ਨਮਸਕਾਰ ਕੀਤੀ। ਉਹ ਨਮਸਕਾਰ ਭਾਈ ਗੋਪਾਲਾ ਜੀ ਨੂੰ ਨਹੀਂ, ਸ੍ਰੀ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਨੂੰ ਮਹਾਰਾਜ ਕੀਤੀ ਹੈ। ਵੇਖ ਵੇਖ ਕੇ ਸਿੱਖ ਬੜੇ ਵਿਸਮਾਦ ਹੋਏ। ਭਾਈ ਗੋਪਾਲਾ ਜੀ ਨੇ ਇਉਂ ਪੌੜੀਆਂ ਦਾ ਉਚਾਰਨ ਇੱਕ ਰਸ ਆਪਣੀ ਰਸਨਾ ਤੋਂ ਕੀਤਾ, ਬਹੁਤ ਲਗਾ ਮਾਤਰਾ ਸੋਧ ਕਰਕੇ ਬਹੁਤ ਸੁੱਧ ਉਚਾਰਨ ਕੀਤੀ ਬਾਣੀ। ਮਨ ਦੇ ਫੁਰਨੇ ਰੋਕ ਕੇ ਇੱਕ ਰਸ ਪੜ੍ਹੀ ਜਾ ਰਹੇ ਹੈ। ਇਉਂ ਛੇ ਪੌੜੀਆਂ ਪੜ੍ਹੀਆਂ, ਫਿਰ ਸਰਵਣ ਦੀਆਂ ਪੌੜੀਆਂ ਉਚਾਰੀਆਂ, ਫਿਰ ਮੰਨਣ ਦੀਆਂ, ਫਿਰ ਨਿਧਿਆਸਣ ਦੀਆਂ, ਫਿਰ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਜੋ ਮਹਾਰਾਜ ਆਖੀ, ਉਹ ਸਾਧ ਸੰਗਤ ਜੀ ਭਾਈ ਗੋਪਾਲਾ ਜੀ ਪੜ੍ਹੀ ਜਾ ਰਹੇ ਹੈ ਇੱਕ ਰਸ। ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸਰੂਪ ਵਿੱਚ ਸਤਿਗੁਰੂ ਜੀ ਜੁੜੇ ਹੋਏ ਇੱਕ ਰਸ ਜਪਜੀ ਸਾਹਿਬ ਦਾ ਪਾਠ ਮਹਾਰਾਜ ਜੀ ਸੁਣ ਰਹੇ ਹੈ। ਇਉਂ ਜਦੋਂ ਭਾਈ ਗੋਪਾਲਾ ਜੀ ਨਾਨਕ ਨਦਰੀ ਨਦਰ ਨਿਹਾਲ ਇਹ ਵਾਕ ਕਹੇ ਹੈ ਨਾ, ਤੇ ਮਹਾਰਾਜ ਜੀ ਨੇ ਤਿੰਨਾਂ ਲੋਕਾਂ ਵਿੱਚ ਨਿਗਾਹ ਮਾਰੀ ਕਿ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਣ ਲੱਗਾ ਹੈ। ਹੁਣ ਭਾਈ ਗੋਪਾਲੇ ਨੂੰ ਜਪਜੀ ਸਾਹਿਬ ਦੀ ਭੇਟ ਕੀ ਦਈਏ। ਸਤਿਗੁਰੂ ਜੀ ਨੂੰ ਕੋਈ ਵਸਤੂ, ਕੋਈ ਪਦਾਰਥ, ਕੋਈ ਮਾਇਆ, ਤ੍ਰਿਲੋਕੀ ਦਾ ਰਾਜ ਵੀ ਸਤਿਗੁਰੂ ਜੀ ਨੂੰ ਤੁਸ ਜਾਪਿਆ ਜਪਜੀ ਸਾਹਿਬ ਦੇ ਸਾਹਮਣੇ। ਤੇ ਮਹਾਰਾਜ ਨੇ ਵਿਚਾਰਿਆ ਕਿ ਹੁਣ ਜਪਜੀ ਸਾਹਿਬ ਦੇ ਬਰਾਬਰ ਤਾਂ ਗੁਰੂ ਨਾਨਕ ਸਾਹਿਬ ਦਾ ਗੁਰਿਆਈ ਤਖ਼ਤ ਹੀ ਹੈ, ਇਹ ਭਾਈ ਗੋਪਾਲੇ ਨੂੰ ਭੇਟ ਕਰ ਦਈਏ, ਸੌਂਪ ਦਈਏ। ਜਦੋਂ ਸਤਿਗੁਰੂ ਜੀ ਨੇ ਆਪਣਾ ਵੀਰ ਆਸਣ ਛੱਡਿਆ, ਉਸੇ ਸਮੇਂ ਭਾਈ ਗੋਪਾਲਾ ਜੀ ਨੂੰ ਫੁਰਨਾ ਫੁਰਿਆ ਕਿ ਜਿਹੜਾ ਇੱਕ ਘੋੜਾ ਸ਼ੇਸ਼ ਰਹਿ ਗਿਆ ਸੋਨੇ ਦੀ ਕਾਠੀ ਵਾਲਾ, ਜੇ ਮਹਾਰਾਜ ਉਹ ਦੇ ਦੇਣ ਨਾ ਤੇ ਫਿਰ ਤਾਂ ਆਨੰਦ ਹੀ ਵੱਜ ਜਾਣਗੇ। ਇਸ ਘੋੜੇ ਦੀ ਸਵਾਰੀ ਕਹਿੰਦੇ ਧਰਤੀ ਤੇ ਸਵਰਗ ਦੀ ਬਹਾਰ ਮਾਨਣ ਵਰਗਾ ਆਨੰਦ ਹੋਵੇਗਾ। ਭਾਈ ਗੋਪਾਲਾ ਜੀ ਨੇ ਇੱਧਰੋਂ ਫੁਰਨਾ ਕੀਤਾ, ਸੱਚੇ ਪਾਤਸ਼ਾਹ ਮਹਾਰਾਜ ਉੱਥੇ ਹੀ ਹਜ਼ੂਰ ਬੈਠ ਗਏ। ਸੱਚੇ ਪਾਤਸ਼ਾਹ ਕਹਿੰਦੇ ਭਾਈ ਗੋਪਾਲਾ ਇਹ ਤਾਂ ਕੀ ਕੀਤਾ, ਮਨ ਵਿੱਚ ਫੁਰਨਾ ਕਰ ਲਿਆ। ਅੰਤਰਜਾਮੀ ਸਤਿਗੁਰੂ ਜੀ ਵੇਖੋ ਮਨ ਦੇ ਫੁਰਨੇ ਨੂੰ ਇਉਂ ਵੇਖ ਰਹੇ ਹੈ ਜਿਵੇਂ ਤੁਸੀਂ ਕੋਈ ਸਾਹਮਣੇ ਫਿਲਮ ਵੇਖਦੇ ਹੋ। ਇਉਂ ਮਹਾਰਾਜ ਮਨ ਨੂੰ ਵੇਖ ਲੈਂਦੇ ਹੈ ਸੱਚੇ ਪਾਤਸ਼ਾਹ। ਅਜੇ ਤਾਂ ਭਾਈ ਗੋਪਾਲਾ ਜੀ ਨੇ ਮਨ ਚ ਹੀ ਕੀਤਾ ਨਾ ਫੁਰਨਾ, ਮੁੱਖ ਤੋਂ ਤਾਂ ਆਖਿਆ ਹੀ ਨਹੀਂ ਸੀ। ਸੱਚੇ ਪਾਤਸ਼ਾਹ ਜੀ ਉਵੇਂ ਹੀ ਤਖ਼ਤ ਤੇ ਸੱਜ ਗਏ। ਸਾਧ ਸੰਗਤ ਜੀ, ਇਹਦੇ ਤੋਂ ਆਪਾਂ ਨੂੰ ਇਹ ਵੀ ਪ੍ਰਮਾਣ ਸਮਝਣਾ ਚਾਹੀਦਾ, ਅੱਜ ਕੱਲ੍ਹ ਸਾਡੇ ਅੰਦਰ ਬੜੀਆਂ ਗਿਰਾਵਟਾਂ ਆ ਗਈਆਂ। ਪੁੱਛਦੇ ਆ ਜੀ ਅਖੰਡ ਪਾਠ ਸਾਹਿਬ ਦੀ ਕੀ ਭੇਟਾ ਹੋਊਗੀ ਜਾਂ ਸੁਖਮਨੀ ਸਾਹਿਬ ਦੀ ਕੀ ਭੇਟਾ ਹੋਊਗੀ, ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਕੌਣ ਭੇਟਾ ਦੇ ਸਕਦਾ। ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਦਾ ਤਖ਼ਤ ਦੇਣ ਨੂੰ ਤਿਆਰ ਨੇ ਗਰੀਬ ਨਿਵਾਜ਼। ਜਪਜੀ ਸਾਹਿਬ ਦੀ ਬਾਣੀ ਦੀ ਭੇਟਾ ਦੇ ਬਰਾਬਰ ਮਹਾਰਾਜ ਨੂੰ ਕੁਝ ਨਹੀਂ ਦਿਸਿਆ, ਤੇ ਫਿਰ ਪਾਠ ਕਰਨ ਵਾਲੇ ਵੀ ਜੇ ਇੱਛਾ ਰੱਖਣ ਕਿ ਭੇਟਾ ਮਿਲੂਗੀ, ਤੇ ਫਿਰ ਸਾਧ ਸੰਗਤ ਜੀ ਉਹਨਾਂ ਦਾ ਪਾਠ ਕੀਤਾ ਵੀ ਸਫਲਾ ਨਹੀਂ ਹੁੰਦਾ। ਜਿਹੜਾ ਕੋਈ ਭੇਟਾ ਦੇਣ ਵਾਲਾ ਇਹ ਸੋਚੇ ਕਿ ਮੈਂ ਤਾਂ ਭੇਟਾ ਦੇ ਕੇ ਕਰਵਾ ਰਿਹਾ ਹਾਂ, ਉਹਨੂੰ ਵੀ ਫਿਰ ਫਲ ਨਹੀਂ ਪ੍ਰਾਪਤ ਹੁੰਦਾ, ਕਿਉਂਕਿ ਮਹਾਰਾਜ ਦੀ ਭੇਟਾ ਜਿਹੜੀ ਹੈ ਨਾ ਬਾਣੀ ਦੀ, ਉਹ ਕੋਈ ਦੇ ਨਹੀਂ ਸਕਦਾ। ਹੱਥ ਜੋੜ ਕਰਕੇ ਮਹਾਰਾਜ ਦੀ ਬਾਣੀ ਦੇ ਅੱਗੇ ਸੀਸ ਝੁਕਾਉਣਾ ਤੇ ਜਥਾ ਸ਼ਕਤ ਵੱਧ ਤੋਂ ਵੱਧ ਜਿੰਨੀ ਹੋ ਸਕੇ ਬਾਣੀ ਦੇ, ਉਹ ਤੁਸੀਂ ਕਿਸੇ ਮਨੁੱਖ ਦੀ ਸੇਵਾ ਨਹੀਂ ਕਰ ਰਹੇ ਹੋ। ਇਹ ਸਾਡੇ ਅੰਦਰ ਆਈਆਂ ਗਿਰਾਵਟਾਂ ਕਿ ਅਸੀਂ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ, ਸਤਿਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼ ਨੂੰ ਆਪਾਂ ਵਿਸਾਰ ਦਿੱਤਾ, ਮਾਇਆ ਨਾਲ ਸਭ ਕੁਝ ਖਰੀਦਣਾ। ਇਹ ਅਸੀਂ ਸਮਝ ਰਹੇ ਹਾਂ ਕਿ ਸ਼ਾਇਦ ਭਾਵ ਭਗਤੀ ਵੀ ਮਾਇਆ ਨਾਲ ਖਰੀਦੀ ਜਾ ਸਕਦੀ ਹੈ। ਨਹੀਂ, ਮਹਾਰਾਜ ਜੀ ਦਾ ਪਿਆਰ ਕੰਚਨ ਸਿਉਂ ਪਾਈਐ ਨਹੀਂ ਤੋਲ। ਮਹਾਰਾਜ ਦਾ ਪਿਆਰ ਸਾਧ ਸੰਗਤ ਜੀ ਮਾਇਆ ਵੱਟੇ ਨਹੀਂ ਜੇ ਪ੍ਰਾਪਤ ਹੁੰਦਾ, ਇਹ ਤਾਂ ਮਨ ਦੀ ਸ਼ਰਧਾ ਤੇ ਸਾਧ ਸੰਗਤ ਜੀ ਨਿਸ਼ਠਾ ਦੇ ਪ੍ਰਤੀ ਜੇ ਹੋਵੇ ਮਨ ਦੇ ਅੰਦਰ, ਫਿਰ ਮਹਾਰਾਜ ਜੀ ਦੇ ਘਰੋਂ ਪਿਆਰ ਪ੍ਰਾਪਤ ਹੁੰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਵੀ ਭਾਈ ਗੋਪਾਲੇ ਨੂੰ ਫੁਰਨਾ ਕੀਤਾ ਹੈ, ਤੇ ਕੀ ਮਹਾਰਾਜ ਜੀ ਕਹਿੰਦੇ ਹੈ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ, ਆਓ ਮਨ ਬਿਰਤੀ ਇਕਾਗਰ ਕਰਕੇ ਸਰਵਣ ਕਰੀਏ। ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋ ਰਿਹਾ, ਸਲੋਕ ਪੜ੍ਹਿਆ ਜਾ ਰਿਹਾ, ਸੁਣਦੇ ਸਿੱਖ ਵਿਸਮਾਦ ਨੇ। ਜਦੋਂ ਸੰਪੂਰਨਤਾ ਹੋਈ ਹੈ
ਸਤਿਗੁਰਾਂ ਜੀ ਨੇ ਭਾਈ ਗੋਪਾਲਾ ਜੀ ਨੂੰ ਉਸੇ ਵੇਲੇ ਕਿਹਾ, ਭਾਈ ਗੋਪਾਲਾ ਤੂੰ ਇੱਕ ਇੱਛਾ ਆਪਣੇ ਅੰਦਰ ਕਰ ਲਈ ਹੈ, ਇਹ ਵਾਕ ਹਜ਼ੂਰ ਨੇ ਕਹੇ ਹੈ, ਅੱਗੇ ਮਹਾਰਾਜ ਜੀ ਕੀ ਕਹਿੰਦੇ ਆ ਸਰਵਣ ਕਰੀਏ। ਸਤਿਗੁਰੂ ਜੀ ਦੇ ਪਵਿੱਤਰ ਸਰੂਪ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਨਾ ਮਨੋਰਥ ਜਪ ਜੀ ਸਾਰੋ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਭਾਈ ਗੋਪਾਲਾ, ਬਿਨਾ ਮਨੋਰਥ, ਬਿਨਾ ਇੱਛਾ ਕੀਤਿਆਂ, ਬਿਨਾ ਫੁਰਨਾ ਉਠਾਇਆ ਜਪਜੀ ਸਾਹਿਬ ਜੀ ਦਾ ਸਾਰਾ ਪਾਠ ਪੂਰਬ ਸਮਝੇ ਸਕਲ ਉਚਾਰੋ। ਪਹਿਲਾਂ ਦੀ ਤਰ੍ਹਾਂ ਜੇ ਸਾਰਾ ਹੀ ਤੂੰ ਸਾਨੂੰ ਸੁਣਾ ਦਿੰਦਾ, ਕਿਉਂਕਿ ਸਲੋਕ ਦੇ ਵਿੱਚ ਹੀ ਫੁਰਨਾ ਫੁਰਿਆ ਨਾ। ਮਹਾਰਾਜ ਕਹਿੰਦੇ ਜਿਵੇਂ ਪਹਿਲਾਂ ਭਾਈ ਗੋਪਾਲਾ ਪੜ੍ਹਦਾ ਆ ਰਿਹਾ ਸੀ, ਬਿਨਾਂ ਫੁਰਨਾ ਕੀਤਿਆਂ, ਬਿਨਾਂ ਮਨੋਰਥ ਉਠਾਇਆ, ਜੇ ਉਸੇ ਤਰ੍ਹਾਂ ਹੀ ਜਪਜੀ ਸਾਹਿਬ ਸੰਪੂਰਨ ਕਰ ਦਿੰਦਾ। ਸ੍ਰੀ ਨਾਨਕ ਗਾਦੀ ਵਡਿਆਈ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਤਖਤ ਦੀ ਜਿਹੜੀ ਵਡਿਆਈ ਹੈ, ਸਗਰੇ ਜਗ ਕੀ ਬਰ ਗੁਰਿਆਈ। ਸਾਰੀ ਇਸ ਕਾਇਨਾਤ ਅੰਦਰ ਜਗਤ ਵਿੱਚ ਜਿਹੜੀ ਬਰ ਸ੍ਰੇਸ਼ਟ ਵੈ, ਗੁਰੂ ਨਾਨਕ ਸਾਹਿਬ ਦੀ ਗੁਰਿਆਈ ਤਖਤ ਦੇ ਅੱਗੇ ਸਮਸਤ ਸ਼ਕਤੀਆਂ ਝੁਕਦੀਆਂ ਨੇ। ਇਤਿਹਾਸ ਨੇ ਵਰਣਨ ਕੀਤਾ ਹੈ, ਜਿਸ ਵਕਤ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰਿਆਈ ਤਖਤ ਬਖਸ਼ਿਸ਼ ਕੀਤਾ, ਉਸ ਸਮੇਂ ਸਾਰੀਆਂ ਸ਼ਕਤੀਆਂ ਜਿਹੜੀਆਂ ਸੀ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਅੱਗੇ ਹੱਥ ਜੋੜ ਕੇ ਖਲੋਤੀਆਂ ਹੋਈਆਂ ਵੇਖੀਆਂ। ਆਖਿਆ, ਮਹਾਰਾਜ ਸਾਨੂੰ ਇਹਨਾਂ ਸ਼ਕਤੀਆਂ ਦੀ ਲੋੜ ਨਹੀਂ ਸੱਚੇ ਪਾਤਸ਼ਾਹ, ਸਾਨੂੰ ਤਾਂ ਆਪਦੇ ਚਰਨਾਂ ਦਾ ਪਿਆਰ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਿਆ ਸੀ, ਭਾਈ ਪੁਰਖਾ, ਇਹ ਸ਼ਕਤੀਆਂ ਗੁਰਤਾ ਦੀਆਂ ਦਾਸੀਆਂ ਨੇ, ਤੁਹਾਡੀ ਮਰਜ਼ੀ ਹੈ, ਇਹਨਾਂ ਕੋਲੋਂ ਸੇਵਾ ਲੈਣੀ ਹੈ ਤਾਂ ਲਿਓ, ਨਹੀਂ ਲੈਣੀ ਤਾਂ ਨਾ ਲਿਓ, ਪਰ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿਣਗੀਆਂ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਸਾਹ ਜੀਵਨ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਕਤੀ ਨਹੀਂ ਪ੍ਰਗਟ ਕੀਤੀ, ਪਰ ਮਹਾਰਾਜ ਜੀ ਦਾ ਦਰਸ਼ਨ ਹੀ ਸ਼ਕਤੀ ਸੀਗੀ। ਸਤ ਸੰਗਤ ਜੀ, ਜਿਹੜਾ ਕੋਈ ਕੋੜੀ ਵੀ ਵੇਖਦਾ ਸੀ, ਲੋਕ ਮੰਜਿਆਂ ਤੇ ਪੈ ਕੇ ਆਉਂਦੇ ਸੀ, ਗੁਰੂ ਅੰਗਦ ਸਾਹਿਬ ਦਾ ਦਰਸ਼ਨ ਵੇਖ ਕੇ ਲੱਤਾਂ ਨਾਲ ਤੁਰ ਕੇ ਜਾਂਦੇ ਸੀਗੇ। ਇਹੋ ਜਿਹਾ ਮਹਾਰਾਜ ਦਾ ਪਵਿੱਤਰ ਦਰਸ਼ਨ ਸੀਗਾ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਇਹ ਭਾਈ ਗੋਪਾਲਾ ਜੀ ਨੂੰ ਦਰਸਾਉਣਾ। ਮਹਾਰਾਜ ਕਹਿੰਦੇ ਨੇ ਜਪਜੀ ਸਾਹਿਬ ਦੇ ਬਦਲੇ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਸ੍ਰੇਸ਼ਟ ਗੁਰਤਾ ਗੱਦੀ ਹੈ ਨਾ, ਮਹਾਰਾਜ ਕਹਿੰਦੇ ਅਸੀਂ ਇਹ ਭਾਈ ਗੋਪਾਲਾ ਤੈਨੂੰ ਦੇਣ ਲੱਗੇ ਸਾਂ। ਇਸ ਸਮੇਂ ਅਸੀਂ ਤੈਨੂੰ ਗੁਰਿਆਈ ਤਖਤ ਦੇਣ ਵਾਸਤੇ ਉੱਠਣ ਲੱਗੇ ਸੀਗੇ। ਜਿਸ ਗੁਰਿਆਈ ਤਖਤ ਦੇ ਅੱਗੇ ਤਿਰਲੋਕੀ ਨਿਆਉਂਦੀ ਹੈ, ਕੀ ਬ੍ਰਹਮਾ, ਕੀ ਸ਼ਿਵਜੂ, ਕੀ ਵਿਸ਼ਨੂੰ, ਸਭ ਤਿਰਲੋਕੀ ਨਿਆਉਂਦੀ ਹੈ, ਦੈਂਤ ਆਦਿਕ ਨਿਆਉਂਦੇ ਆ, ਸਭ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਤਖਤ ਦੇ ਅੱਗੇ ਝੁਕਦੇ ਆ। ਕਹਾਂ ਕਰਹਿ ਬਸ ਤੋਹੇ ਨਾ ਕੋਈ। ਤੇ ਮਹਾਰਾਜ ਕਹਿੰਦੇ ਨੇ ਭਾਈ ਗੋਪਾਲਿਆ, ਕੀ ਕੋਈ ਕਰ ਸਕਦਾ ਹੈ, ਤੇਰਾ ਕੋਈ ਇਸ ਦੇ ਵਿੱਚ ਵਸ ਨਹੀਂ ਹੈ। ਜਹਾਂ ਉਚਿਤ ਹੋਏ ਪਹੁੰਚਾ ਸੋਈ। ਜਿਸਥੇ ਯੋਗ ਹੁੰਦਾ ਹੈ ਨਾ, ਇਹ ਗੁਰਿਆਈ ਤਖਤ ਉੱਥੇ ਹੀ ਪਹੁੰਚਦਾ ਹੈ। ਗੁਰਿਆਈ ਤਖਤ ਦੀ ਵਡਿਆਈ ਉਹਨਾਂ ਨੂੰ ਹੀ ਮਿਲਣੀ ਹੈ ਜਿਨ੍ਹਾਂ ਨੂੰ ਧੁਰੋਂ ਹੀ ਨਿਰੰਕਾਰ ਆਪ ਬਖਸ਼ਿਸ਼ ਕਰਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ ਏ। ਗਰੀਬ ਨਿਵਾਜ ਕਹਿੰਦੇ ਭਾਈ ਗੋਪਾਲਾ, ਇਹਦੇ ਵਿੱਚ ਤੇਰਾ ਕੋਈ ਵਸ ਨਹੀਂ ਹੈ। ਅਬ ਭੀ ਧਨ ਜਨਮ ਤੋਂ ਭਇਓ। ਮਹਾਰਾਜ ਕਹਿੰਦੇ ਹੁਣ ਵੀ ਕੁਛ ਘੱਟ ਨਹੀਂ, ਜੇ ਤੂੰ ਫੁਰਨਾ ਕਰ ਲਿਆ ਤਾਂ। ਭਾਈ ਗੋਪਾਲਿਆ, ਤੇਰਾ ਜਨਮ ਹੀ ਧਨ ਹੋ ਗਿਆ। ਇਹ ਸੱਚੇ ਪਾਤਸ਼ਾਹ ਵੇਖੋ ਹੁਣ ਬਖਸ਼ਿਸ਼ਾਂ ਕਰਨ ਲੱਗੇ ਹੈ। ਮਹਾਰਾਜ ਕਹਿੰਦੇ ਭਾਈ ਗੋਪਾਲਾ, ਤੇਰਾ ਜਨਮ ਧਨ ਹੋ ਗਿਆ ਏ। ਜਨਮ ਮਰਨ ਦੁੱਖ ਸਭ ਮਿਟ ਗਏ। ਜੰਮਣ ਮਰਨ ਦਾ ਸਾਰਾ ਹੀ ਦੁੱਖ ਮੇਟ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਐਡਾ ਪ੍ਰਸਾਦ ਦਿੱਤਾ ਜਪਜੀ ਸਾਹਿਬ ਦੀ ਬਾਣੀ ਦਾ ਫਲ ਮਹਾਰਾਜ ਬਖਸ਼ਿਸ਼ ਕਰ ਰਹੇ ਹੈ। ਹਜ਼ੂਰ ਕਹਿੰਦੇ ਤੇਰਾ ਜੰਮਣ ਮਰਨ ਨਾਸ਼ ਹੋ ਗਿਆ ਏ। ਕਰਿਓ ਮਨੋਰਥ ਜੋ ਅਬ ਜੈਸੇ। ਜਿਸ ਤਰ੍ਹਾਂ ਦਾ ਹੁਣ ਤੂੰ ਮਨੋਰਥ ਕੀਤਾ ਸੀ, ਇੱਛਾ ਕੀਤੀ ਸੀ ਭਾਈ ਗੋਪਾਲਾ, ਸੋ ਲੀਜੋ ਨਹ ਬਿਲਮਹ ਜੈਸੇ। ਉਹ ਲੈ ਲੈ ਮਹਾਰਾਜ ਕਹਿੰਦੇ ਹੁਣ ਬਿਲਮ ਨਹੀਂ ਇਹਦੇ ਵਿੱਚ ਹੋਵੇਗਾ, ਦੇਰੀ ਨਹੀਂ ਹੋਵੇਗੀ, ਜਿਹੜੀ ਤੂੰ ਇੱਛਾ ਕੀਤੀ ਆ ਹੁਣੇ ਪੂਰੀ ਕਰਦੇ ਆ। ਕਹਿ ਕਰ ਸੋ ਘੋੜਾ ਮੰਗਵਾਇਓ। ਮਹਾਰਾਜ ਆਗਿਆ ਕੀਤੀ ਪੇ ਲਿਆਓ ਸਿੱਖੋ, ਘੋੜਾ ਲਿਆਓ ਤਿਆਰ ਕਰਕੇ, ਸੋਨੇ ਦੀ ਕਾਠੀ ਪਾ ਕਰਕੇ। ਸੁੰਦਰ ਜਿਸ ਪਰ ਜੀਨ ਸੁਹਾਇਓ। ਜਿਸ ਦੇ ਉੱਤੇ ਬੜੀ ਸੁੰਦਰ ਸੋਨੇ ਦੀ ਕਾਠੀ ਸੋਭਦੀ ਹੈ, ਉਹ ਪਾ ਕੇ ਲਿਆਵੋ। ਸਵਾ ਲੱਖ ਕੀ ਕੀਮਤ ਜਾਹੀ। ਸਾਧ ਸੰਗਤ ਜੀ, ਸਵਾ ਲੱਖ ਦੀ ਤਾਂ ਕੀਮਤ ਹੈ ਇਹੋ ਜਿਹਾ ਸੁੰਦਰ ਘੋੜਾ ਏ।
ਹੋਏ ਪ੍ਰਸੰਨ ਬਖਸ਼ਤ ਭੇ ਤਾਹੀ। ਤੇ ਪ੍ਰਸੰਨ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਐਸਾ ਉਹ ਸੁੰਦਰ ਘੋੜਾ ਜਿਹੜਾ ਫੁਰਨਾ ਹੀ ਕੀਤਾ ਸੀ ਮੁੱਖ ਤੋਂ ਥੋੜੋ ਬੋਲ ਕੇ ਦੱਸਿਆ ਸੀ ਪੂਰੇ ਗੁਰੂ ਜੀ ਨੂੰ। ਮਹਾਰਾਜ ਸਾਹਿਬ ਜੀ ਨੇ ਉਹ ਘੋੜਾ ਤਿਸ ਸਮੇਂ ਭਾਈ ਗੋਪਾਲਾ ਜੀ ਨੂੰ ਅਰਪਣ ਕੀਤਾ, ਭੇਟ ਕਰ ਦਿੱਤਾ। ਵਸਤਰ ਵਿਭੂਖਣ ਧਨ ਕੁਛ ਔਰ, ਫਿਰ ਇਹ ਨਹੀਂ ਕਿ ਕੱਲਾ ਘੋੜਾ ਹੀ ਭੇਟ ਕੀਤਾ, ਵਸਤਰ ਭੇਟ ਕੀਤੇ ਹੈ, ਭੂਖਣ ਸੋਨੇ ਦੇ ਗਹਿਣੇ ਮਹਾਰਾਜ ਨੇ ਭੇਟ ਕੀਤੇ ਹੈ, ਹੋਰ ਬਹੁਤ ਸਾਰੀਆਂ ਮਹਾਰਾਜ ਭੇਟਾਵਾਂ ਦਿੱਤੀਆਂ, ਮੋਹਰਾਂ ਅਸ਼ਰਫੀਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਿੱਤੀਆਂ ਨੇ। ਤੇ ਫਿਰ ਸਤਿਗੁਰਾਂ ਜੀ ਨੇ ਇਹੀ ਕਿਹਾ, ਭਾਈ ਗੋਪਾਲਿਆ ਜਪਜੀ ਸਾਹਿਬ ਦੀ ਭੇਟਾ ਦੇ ਦਿੱਤੀ ਨਹੀਂ ਜਾ ਸਕਦੀ, ਇਹ ਤੁੱਛ ਵੈ ਸਭ ਕੁਝ ਜਪਜੀ ਸਾਹਿਬ ਦੇ ਸਾਹਮਣੇ। ਇਹ ਮਹਾਰਾਜ ਸਾਨੂੰ ਬਾਣੀ ਦੀ ਵੱਡੀ ਵਡਿਆਈ ਹਜ਼ੂਰ ਨੇ ਦੱਸੀ ਆ। ਦੇਤ ਭਏ ਸੋਢੀ ਸਿਰਮੌਰ, ਸੋਢੀਆਂ ਦੇ ਸਿਰਮੌਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਇਹ ਵੰਸ਼ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੀਆਂ ਬਖਸ਼ੀਆਂ ਦਿੱਤੀਆਂ ਨੇ। ਲੈ ਗੋਪਾਲੇ ਆਨੰਦ ਉਪਾਇਓ, ਭਾਈ ਗੋਪਾਲਾ ਜੀ ਨੇ ਲੈ ਕਰਕੇ ਬਹੁਤ ਪ੍ਰਸੰਨਤਾ ਕੀਤੀ, ਬੜਾ ਮਨ ਖੁਸ਼ ਹੋਇਆ। ਸ੍ਰੀ ਗੁਰ ਤੇ ਸੁਣ ਕਰ ਪਛਤਾਇਓ, ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੋਲੋਂ ਸੁਣ ਕੇ ਮਨ ਵਿਚ ਪਛੋਤਾਵਾ ਵੀ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਐਡੀ ਵੱਡੀ ਮੈਨੂੰ ਵਡਿਆਈ ਦੇਣ ਲੱਗੇ ਸੀ, ਮੈਂ ਤਾਂ ਫੁਰਨਾ ਕਰ ਲਿਆ ਕਿ ਮਹਾਰਾਜ ਉੱਠੀ ਚੱਲੇ ਆ, ਸ਼ਾਇਦ ਜਪਜੀ ਸਾਹਿਬ ਪੂਰਾ ਨਹੀਂ ਸੁਣਿਆ, ਤੇ ਸਤਿਗੁਰੂ ਤੇ ਮੈਨੂੰ ਗੁਰਿਆਈ ਤਖਤ ਦੇਣ ਲੱਗੇ ਸੀ, ਜਿਸ ਗੁਰਿਆਈ ਤਖਤ ਦੇ ਅੱਗੇ ਸਮਕਸ਼ ਸ਼ਕਤੀਆਂ ਝੁਕਦੀਆਂ ਨੇ। ਭਾਈ ਗੋਪਾਲਾ ਜੀ ਮਨ ਦੇ ਅੰਦਰ ਬੜੇ ਹੈਰਾਨ ਹੋਏ। ਮਾਤਰਾ ਵਰਣ ਸੰਭਾਲ ਹੈ ਸਾਰੇ, ਤੇ ਮਾਤਰਾ ਤੇ ਵਰਣ ਅੱਖਰ ਜੇ ਸਾਰੇ ਕੋਈ ਸੰਭਾਲ ਕਰਕੇ ਚੰਗੀ ਤਰ੍ਹਾਂ, ਸ੍ਰੀ ਗੁਰਬਾਣੀ ਸਿੱਖ ਉਚਾਰੇ, ਜੇ ਗੁਰੂ ਸਾਹਿਬ ਦੀ ਬਾਣੀ ਸਿੱਖ ਆਪਣੇ ਮੁਖ ਤੋਂ ਪੜ੍ਹੇ ਤਾਂ, ਮਹਾ ਮਹਾਤਮ ਕਰ ਦਿਖਰਾਇਓ, ਵੱਡਾ ਮਹਾਤਮ ਸੱਚੇ ਪਾਤਸ਼ਾਹ ਜੀ ਨੇ ਕਰਕੇ ਵਿਖਾਇਆ। ਸਾਧ ਸੰਗਤ ਜੀ ਵੇਖੋ, ਜਪਜੀ ਸਾਹਿਬ ਦੀ ਬਾਣੀ ਤੇ ਸਤਿਗੁਰੂ ਜੀ ਨੇ ਕਿਹਾ ਕਿ ਇਹ ਸਭ ਕੁਝ ਤੁੱਛ ਹੈ ਭਾਈ ਗੋਪਾਲਿਆ, ਜਪਜੀ ਸਾਹਿਬ ਦੇ ਸਾਹਮਣੇ ਵੱਡਾ ਮਹਾਤਮ ਬਾਣੀ ਦਾ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਪ੍ਰਗਟ ਕਰਕੇ ਵਿਖਾਇਆ। ਮੈਂ ਤ੍ਰਿਲੋਕ ਮੈਂ ਸਾਮ ਕੁਛ ਪਾਇਓ, ਤੇ ਮਹਾਰਾਜ ਕਹਿੰਦੇ ਆ ਤ੍ਰਿਲੋਕੀ ਦੇ ਵਿੱਚ ਜਪਜੀ ਸਾਹਿਬ ਦੇ ਸਮਾਨ ਕੁਛ ਵੀ ਨਹੀਂ ਅਸੀਂ ਪਾਇਆ, ਜਪਜੀ ਸਾਹਿਬ ਦੇ ਬਰਾਬਰ ਕੁਝ ਵੀ ਨਹੀਂ ਹੈ, ਨਾ ਬ੍ਰਹਮਾ ਦੀ ਪਦਵੀ ਹੈ ਨਾ ਇੰਦਰ ਦੀ ਪਦਵੀ ਹੈ। ਵੇਖੋ ਸਾਧ ਸੰਗਤ ਜੀ, ਇਹੋ ਜੀ ਬਾਣੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੂਰੇ ਗੁਰੂ ਜੀ ਨੇ ਆਪਣੇ ਸ਼੍ਰੀ ਕੰਠ ਤੋਂ ਉਚਾਰੀ ਹੈ ਕਿ ਬ੍ਰਹਮਾ ਵਰਗੇ ਵੀ ਤਰਸਦੇ ਆ ਕਿ ਅਸੀਂ ਮਨੁੱਖਾ ਜਨਮ ਲੈ ਕੇ ਹਜ਼ੂਰ ਦੀ ਬਾਣੀ ਪੜ੍ਹੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤਿੰਨਾਂ ਲੋਕਾਂ ਵਿੱਚ ਕੁਝ ਵੀ ਨਹੀਂ ਹੈ ਜਪਜੀ ਸਾਹਿਬ ਦੇ ਬਰਾਬਰ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਹੁਤ ਹਜ਼ੂਰ ਕੌਤਕ ਕਰਦੇ ਆ। ਭਨੇ ਸੁਭਟ ਰੱਖ ਹੈ ਨਿਜ ਪਾਸਾ, ਬਹੁਤੇ ਸੂਰਮੇ ਸੱਚੇ ਪਾਤਸ਼ਾਹ ਜੀ ਆਪਣੇ ਕੋਲ ਰੱਖਦੇ ਆ। ਰੰਗ ਬਿਕਨ ਆਵੇ ਸੋ ਲੇਤ, ਜਿਹੜੇ ਵਪਾਰੀ ਘੋੜਿਆਂ ਦੇ ਘੋੜੇ ਵੇਚਣ ਆਉਂਦੇ ਆ, ਮਹਾਰਾਜ ਘੋੜੇ ਖਰੀਦ ਲੈਂਦੇ ਹਨ। ਸੈਨਾ ਮਹਿ ਵਰਤਾਏ ਸੋ ਦੇਤ, ਆਪਣੇ ਸਿੱਖਾਂ ਸੂਰਮਿਆਂ ਦੀਆਂ ਸੈਨਾ ਵਿੱਚ ਮਹਾਰਾਜ ਤਦੋਂ ਸਿੱਖਾਂ ਨੂੰ ਵਰਤਾ ਦਿੰਦੇ ਆ ਘੋੜੇ ਚੜ੍ਹਨ ਵਾਸਤੇ। ਦੋਹਰਾ ਹੈ ਅਕੋਰ ਗਨ ਦੇ ਕਰ ਸੰਗਤ ਗਈ ਵਿਸਾਲ, ਜਿਹੜੀ ਬਹੁਤ ਜ਼ਿਆਦਾ ਸੰਗਤ ਆਈ ਸੀ ਨਾ ਪਛਮ ਦਿਸ਼ਾ ਦੀ, ਇਹਨਾਂ ਆਪਣੀਆਂ ਭੇਟਾਵਾਂ ਅਰਪਣ ਕੀਤੀਆਂ, ਘੋੜੇ ਅਰਪਣ ਕੀਤੇ ਤੇ ਮਹਾਰਾਜ ਤੋਂ ਵਧਾਈ ਵੀ ਲੈ ਕਰਕੇ ਸਾਰੀ ਸੰਗਤ ਚੱਲ ਪਈ। ਜਾਏ ਸ਼ਨਾਨੇ ਸੁਧਾ ਸਰ ਦੇਖਤ ਭਏ ਨਿਹਾਲ, ਜਾ ਕਰਕੇ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਦਾ ਦਰਸ਼ਨ ਕਰਕੇ ਸਿੱਖ ਨਿਹਾਲ ਹੋ ਗਏ, ਗਦ ਗਦ ਹੋ ਗਏ ਮਹਾਰਾਜ ਜੀ ਦੇ ਦਰਬਾਰ ਦਾ ਦਰਸ਼ਨ ਕਰਕੇ। ਚੌਪਈ ਤੀਰਥ ਤਰਨ ਤਾਰਨ ਪੁੰਨ ਗਏ, ਫਿਰ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਦਰਸ਼ਨ ਕਰਕੇ, ਵੇਖ ਲੋ ਸਾਡਾ ਇਤਿਹਾਸ ਕਹਿੰਦਾ ਹੈ ਕਿ ਸਾਡੇ ਸਿੱਖ ਸਾਡੇ ਪੁਰਖੇ ਤੁਰ ਤੁਰ ਕੇ ਇਸ ਤੀਰਥਾਂ ਤੇ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਇਆ ਕਰਦੇ, ਕਿੰਨੀ ਸਰੀਰ ਤੇ ਕਸ਼ਟ ਵੀ ਝੱਲ ਕੇ ਦਰਸ਼ਨ ਕਰਨ ਆਉਂਦੇ। ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕੀਤੇ, ਫਿਰ ਤਰਨ ਤਾਰਨ ਸਾਹਿਬ ਚੱਲ ਕਰਕੇ ਗਏ ਆ। ਤਾਂ ਇਸ਼ਨਾਨ ਕਰਤ ਸਭ ਭਏ, ਸਾਰੀ ਸੰਗਤ ਨੇ ਉੱਥੇ ਜਦੋਂ ਤਰਨ ਤਾਰਨ ਸਾਹਿਬ ਇਸ਼ਨਾਨ ਕੀਤਾ ਪਵਿੱਤਰ ਸਰੋਵਰ ਅੰਦਰ, ਤਾਂ ਸੰਗਤ ਨੇ ਹਿਰਦੇ ਵਿਚਾਰਾ, ਉੱਥੇ ਸੰਗਤ ਨੇ ਫਿਰ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਸਾਹਿਬ ਗੁਰ ਸਿੱਖ ਉਦਾਰਾ, ਕਿ ਬਾਬਾ ਬੁੱਢਾ ਸਾਹਿਬ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੇਸ਼ਟ ਮਹਾਨ ਸਿੱਖ ਨੇ।
ਜਿਸ ਕੋ ਬਚਨ ਪਾਏ ਗੁਰ ਜਨਮੇ, ਜਿਨ੍ਹਾਂ ਦਾ ਵਰਦਾਨ ਪਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ, ਸ੍ਰੀ ਹਰਗੋਬਿੰਦ ਵਿਦਿਤ ਸਭਨ ਮੇ, ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੱਜ ਗੁਰਿਆਈ ਤਖ਼ਤ ਤੇ ਸਭ ਦੇ ਅੰਦਰ ਪ੍ਰਗਟ ਹਨ। ਇਹਾਂ ਨਿਕਟ ਤਿਸ ਦਰਸ਼ਨ ਕਰੋ, ਇੱਥੇ ਨੇੜੇ ਹੀ ਹੈ ਬਾਬਾ ਬੁੱਢਾ ਸਾਹਿਬ ਜੀ, ਤੇ ਕਿਉਂ ਨਾ ਬਾਬਾ ਬੁੱਢਾ ਸਾਹਿਬ ਜੀ ਦੇ ਪਹੁੰਚ ਕਰਕੇ ਦਰਸ਼ਨ ਕਰੀਏ। ਇਹ ਸਾਰੇ ਸਿੱਖਾਂ ਨੇ ਮਨ ਦੇ ਅੰਦਰ ਵਿਚਾਰਿਆ, ਵੇਖੋ ਜਿੱਥੇ ਸਤਿਗੁਰਾਂ ਜੀ ਦੇ ਦਰਸ਼ਨ ਕਰਕੇ ਆਈ ਹੈ ਸੰਗਤ, ਗੁਰੂ ਅਸਥਾਨਾਂ ਦੇ ਦਰਸ਼ਨ ਕੀਤੇ ਹੈ, ਕਿੰਨੇ ਸਾਧ ਸੰਗਤ ਜੀ ਉਹਨਾਂ ਦੇ ਭਾਵ ਵਾਲੇ ਹਿਰਦੇ ਹੋਣਗੇ ਕਿ ਫਿਰ ਸੋਚਦੇ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੇ ਸ੍ਰੇਸ਼ਟ ਸਿੱਖ ਨੇ, ਜਿਨ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸੰਗਤ ਕੀਤੀ ਹੈ, ਤੇ ਚਲੋ ਭਾਈ ਹੁਣ ਨੇੜੇ ਆਏ ਆ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਦਰਸ਼ਨ ਕਰ ਚੱਲੀਏ। ਜਾਣੋ ਤਸਾ ਗੁਰੂ ਸਮਸਰੋ, ਤੇ ਸਿੱਖ ਇਉਂ ਕਹਿੰਦੇ ਆ ਕਿ ਜਾਣੋ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਬਰਾਬਰ ਵੈ, ਇਹ ਸਿੱਖ ਸ਼ਰਧਾ ਕਰਦੇ ਆ। ਇਹ ਸਾਧ ਸੰਗਤ ਜੀ ਵੇਖੋ ਭਾਵਨਾ ਹੈ ਸਿੱਖਾਂ ਦੇ ਅੰਦਰ ਕਿ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਗੁਰੂ ਸਾਹਿਬ ਦੇ ਦਰਸ਼ਨ ਵੈ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਜਦੋਂ ਹਜ਼ੂਰ ਨੇ ਬਾਣੀ ਲਿਖਵਾਈ ਨਾ ਆਪਣੇ ਸ਼੍ਰੀ ਕੰਠ ਤੋਂ, ਉਦੋਂ ਆਖਿਆ ਸੀ ਬਾਬਾ ਬੁੱਢਾ ਸਾਹਿਬ ਜੀ ਸਾਡੇ ਸਦਰਸ਼ ਬੈਠ ਕਰਕੇ ਤੁਸੀਂ ਸੰਗਤ ਨੂੰ ਉਪਦੇਸ਼ ਦੇਣਾ, ਅਸੀਂ ਬਾਣੀ ਲਿਖਾਉਣ ਦਾ ਕਾਰਜ ਕਰਨਾ, ਸਾਡੇ ਤੱਕ ਕੋਈ ਸਿੱਖ ਪਹੁੰਚ ਨਾ ਕਰੇ, ਤੇ ਤੁਸੀਂ ਸਾਡੇ ਥਾਵੇਂ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦਿਓ। ਇਹ ਮਹਾਰਾਜ ਜੀ ਨੇ ਮਾਣ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੂੰ, ਸੰਗਤਾਂ ਵਿੱਚ ਵੱਡਾ ਸਤਿਕਾਰ ਹੈ ਬਾਬਾ ਬੁੱਢਾ ਸਾਹਿਬ ਜੀ ਦਾ। ਸਿੱਖ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਦਾ ਦਰਸ਼ਨ ਗੁਰੂ ਸਾਹਿਬ ਦਾ ਦਰਸ਼ਨ ਹੈ। ਮਸਲਤ ਕਰ ਸੰਗਤ ਗਈ, ਇਸ ਤਰ੍ਹਾਂ ਸਲਾਹ ਕਰਕੇ ਨਾ ਸਾਰੀ ਸੰਗਤ ਚੱਲ ਪਈ। ਭੀੜ ਗੁਰੂ ਕੇ ਜਹਿ ਸੁਧ ਲਈ, ਜਿੱਥੇ ਸਾਧ ਸੰਗਤ ਜੀ ਭੀੜ ਸਾਹਿਬ ਹੈ, ਅੱਜ ਉਹਦਾ ਨਾਮ ਭੀੜ ਬਾਬਾ ਬੁੱਢਾ ਸਾਹਿਬ ਆਪਾਂ ਕਹਿੰਦੇ ਹਾਂ, ਝਬਾਲ ਦੇ ਨੇੜੇ, ਤੇ ਸਾਰੀ ਸੰਗਤ ਜਿਹੜੀ ਆ ਭੀੜ ਸਾਹਿਬ ਪਹੁੰਚੀ ਹੈ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਘੋੜਿਆਂ ਦੀ ਸੰਭਾਲ ਕਰਦੇ ਹੈ, ਪਸ਼ੂਆਂ ਦੀ ਸੰਭਾਲ ਕਰਦੇ ਹੈ, ਖੇਤੀਬਾੜੀ ਦੀ ਦੇਖ ਰੇਖ ਕਰਦੇ ਹੈ। ਅੱਗੇ ਬ੍ਰਿਧ ਭਾਈ ਗੁਰਦਾਸ, ਅੱਗੇ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੋਨੋਂ ਬੈਠੇ ਗਿਆਨ ਪ੍ਰਕਾਸ਼, ਦੋਵੇਂ ਬੈਠੇ ਹੋਏ ਹੈ ਤੇ ਗਿਆਨ ਦਾ ਹੀ ਜਾਣੋ ਪ੍ਰਕਾਸ਼ ਹੋ ਰਿਹਾ ਹੈ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਆਪਸ ਵਿੱਚ ਬਚਨ ਕਰਦੇ ਹੈ, ਉਹ ਬਚਨ ਕੀ ਹੋ ਰਹੇ ਹੈ ਕਿ ਗਿਆਨ ਦਾ ਪ੍ਰਕਾਸ਼ ਹੀ ਹੋ ਰਿਹਾ ਹੈ। ਸਭਨ ਉਪਾਏ ਧਰ ਧਰ ਬੰਦੇ, ਸਾਰਿਆਂ ਨੇ ਆਪੋ ਆਪਣੀਆਂ ਭੇਟਾਵਾਂ ਰੱਖ ਰੱਖ ਕੇ ਨਾ ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰਾਂ ਕੀਤੀਆਂ, ਭਾਈ ਗੁਰਦਾਸ ਜੀ ਨੂੰ ਨਮਸਕਾਰ ਕੀਤੀ ਹੈ। ਦਰਸ਼ਨ ਲੈ ਕਰ ਹਿਰਦੇ ਆਨੰਦੇ, ਬਹੁਤ ਖੁਸ਼ ਹੋਏ ਸਿੱਖ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦਾ ਦਰਸ਼ਨ ਵੇਖ ਕਰਕੇ। ਦਈ ਪ੍ਰਦਕਸ਼ਨਾ ਸਨਮੁਖ ਬੈਸੇ, ਸਾਧ ਸੰਗਤ ਜੀ ਵੇਖੋ ਸਿੱਖਾਂ ਦਾ ਸਤਿਕਾਰ, ਦਈ ਪ੍ਰਦਕਸ਼ਨਾ ਸਨਮੁਖ ਬੈਸੇ, ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੀਆਂ ਪ੍ਰਕਰਮਾ ਕੀਤੀਆਂ ਨੇ ਸੰਗਤ ਨੇ। ਅੱਜ ਵੇਖੋ ਕੀ ਕਰਦੇ ਹੈ ਕਿ ਝਾਟੀ ਜਿਹਦੀ ਮਰਜ਼ੀ ਉੱਠ ਕੇ ਨਿੰਦਾ ਕਰਨ ਲੱਗ ਜਾਂਦੇ, ਆਪਣੇ ਤਖਤਾਂ ਦਾ ਵੀ ਸਤਿਕਾਰ ਨਹੀਂ ਰੱਖਦੇ, ਆਪਣੇ ਮੁੱਖ ਅਸਥਾਨਾਂ ਦਾ ਵੀ ਸਤਿਕਾਰ ਨਹੀਂ ਰੱਖਦੇ। ਸਾਧ ਸੰਗਤ ਜੀ ਐਡਾ ਸਤਿਕਾਰ ਹੈ ਗੁਰੂ ਸਾਹਿਬ ਜੀ ਵਾਂਗ ਹੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੀਆਂ ਪਰਿਕਰਮਾ ਕੀਤੀਆਂ ਸਾਰੀ ਸੰਗਤ ਨੇ, ਨਮਸਕਾਰ ਕਰਕੇ ਸਿੱਖ ਸਾਹਮਣੇ ਬੈਠ ਗਏ ਆ। ਤਬ ਭਾਈ ਬੁੱਝੇ ਸਭ ਐਸੇ, ਤਦੋਂ ਭਾਈ ਗੁਰਦਾਸ ਜੀ ਨੇ ਸਾਰੀ ਸੰਗਤ ਨੂੰ ਇਸ ਤਰ੍ਹਾਂ ਪੁੱਛਿਆ, ਕਹਿਣ ਤੇ ਆਏ ਕਹਾਂ ਪਿਆਨੇ, ਮਹਾਰਾਜ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖੋ ਕਿੱਧਰੋਂ ਆਏ ਹੋ ਤੇ ਕਿੱਧਰ ਚੱਲੇ ਹੋ। ਸੁਣ ਸੰਗਤ ਸ਼ੁਭ ਵਾਕ ਬਖਾਨੇ, ਸੁਣ ਕੇ ਭਾਈ ਗੁਰਦਾਸ ਜੀ ਤੋਂ ਸੰਗਤ ਨੇ ਸ਼ੁਭ ਬਚਨ ਕਹਿਣਾ ਕੀਤਾ। ਪੀਰ ਬਿਪਾਸਾ ਗ੍ਰਾਮ ਰੋਹਿਲਾ, ਕੇ ਬਿਆਸ ਦਰਿਆ ਦੇ ਕੰਢੇ ਤੇ ਜਿਹੜਾ ਰੋਹਿਲਾ ਨਾਮੇ ਨਗਰ ਹੈ, ਸ੍ਰੀ ਹਰਗੋਬਿੰਦ ਗੁਰੂ ਸੋਹਿਲਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੁਖਦਾਈ ਸਤਿਗੁਰੂ ਜੀ, ਹੇਠਾਂ ਮਚ ਅਧਿਕ ਸੰਗਰਾਮੂ, ਉੱਥੇ ਮਹਾਰਾਜ ਬਰਾਜ ਰਹੇ ਹੈ ਤੇ ਉਸ ਥਾਂ ਤੇ ਬਹੁਤ ਵੱਡਾ ਮਹਾ ਸੰਗਰਾਮ ਹੋਇਆ, ਬਹੁਤ ਵੱਡਾ ਮਹਾ ਯੁੱਧ ਹੋਇਆ ਹੈ। ਤੁਰਕ ਹਜ਼ਾਰੋਂ ਗੇ ਜਮ ਧਾਮੂ, ਹਜ਼ਾਰਾਂ ਤੁਰਕ ਮਹਾਰਾਜ ਜੀ ਨੇ ਨਰਕਾਂ ਨੂੰ ਤੋੜ ਦਿੱਤੇ ਹੈ। ਤਿੰਨ ਦਰਸ਼ਨ ਕਰ ਇਤ ਦ੍ਰਿਸ਼ ਆਏ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਕਰਕੇ ਭਾਈ ਗੁਰਦਾਸ ਜੀ ਅਸੀਂ ਇੱਧਰ ਆਏ ਹਾਂ। ਰਾਵਰ ਕੇ ਦਰਸ਼ਨ ਆਪ ਪਾਏ, ਮਹਾਰਾਜ ਤੁਹਾਡੇ ਦਰਸ਼ਨ ਪਾਏ, ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਪਾਏ ਹਨ। ਸਰਬ ਪ੍ਰਸੰਗ ਸੁਣਿਓ ਹਰ ਖਾਏ, ਤੇ ਸਾਰੀ ਗੱਲ ਬਾਤ ਜਦੋਂ ਸੁਣੀ ਹੈ ਭਾਈ ਗੁਰਦਾਸ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਖੁਸ਼ ਹੋਏ ਹਨ। ਸੰਗਤ ਕੋ ਵਰ ਦੇ ਤ੍ਰਿਪਤਾਏ, ਤੇ ਸੰਗਤ ਨੂੰ ਵਰ ਦਿੱਤਾ ਹੈ ਬਾਬਾ ਬੁੱਢਾ ਸਾਹਿਬ ਜੀ ਨੇ, ਸਿੱਖੋ ਨਿਹਾਲ ਹੋਏ ਹੋ, ਇਉਂ
ਮਹਾਰਾਜ ਦੇ ਪਿਆਰੇ ਸਿੱਖ ਬਾਬਾ ਬੁੱਢਾ ਸਾਹਿਬ ਤੋਂ ਵਰ ਲੈ ਕੇ ਸਿੱਖ ਸੰਗਤਾਂ ਰੱਜ ਗਈਆਂ ਨੇ। ਹੁਣ ਸੰਗਤ ਨਿਜ ਥਾਨ ਪਿਆਨੀ, ਫਿਰ ਸੰਗਤ ਜਿਹੜੀ ਸੀ ਆਪਣੇ ਜਿਹੜੀ ਸੀ ਦੇਸ਼ ਵੱਲ ਨੂੰ ਸਾਧ ਸੰਗਤ ਜੀ ਸਾਰੀ ਚੱਲ ਪਈ। ਬ੍ਰਿਧ ਨੇ ਬਹਰੋ ਗਿਰਾ ਬਖਾਨੀ, ਬਹਰੋ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੇ ਤਾਈ ਬਚਨ ਕੀਤਾ। ਸੁਣ ਗੁਰਦਾਸ ਬਿਤੀ ਬਹੁ ਬੇਰੇ, ਕਹਿਣ ਲੱਗੇ ਭਾਈ ਗੁਰਦਾਸ ਜੀ ਸੁਣੋ ਬੜੀ ਦੇਰ ਹੋ ਗਈ ਹੈ। ਸ੍ਰੀ ਹਰਗੋਬਿੰਦ ਦਰਸ਼ਨ ਕੇਰੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਕੀਤਿਆਂ ਬਹੁਤ ਸਮਾਂ ਹੋ ਗਿਆ ਹੈ। ਕਰਿਓ ਸੁਧਾਸਰ ਰਣ ਰਿਪ ਮਾਰੇ, ਤੇ ਮਹਾਰਾਜ ਜੀ ਨੇ ਜਦੋਂ ਸੁਧਾਸਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਯੁੱਧ ਕੀਤਾ ਸੀ ਮੁਗਲਸ ਖਾਨ ਦੇ ਨਾਲ, ਮਹਾਰਾਜ ਜੀ ਨੇ ਉਦੋਂ ਬਹੁਤ ਦੁਸ਼ਮਣਾਂ ਦਾ ਨਾਸ਼ ਕੀਤਾ ਸੀ। ਤਾਂ ਜਾਏ ਪੁਨ ਅਧਿਕ ਸੰਘਾਰੇ, ਤੇ ਹੁਣ ਤਾਂ ਮਹਾਰਾਜ ਉੱਥੇ ਜਾ ਕਰਕੇ ਬਿਆਸ ਦੇ ਕੰਢੇ ਤੇ ਬਹੁਤੇ ਹੀ ਨਾਸ਼ ਕਰ ਦਿੱਤੇ। ਇੱਥੇ ਤਾਂ 7,400 ਮਰਿਆ ਸੀ, ਉੱਥੇ 14,000 ਮਾਰ ਦਿੱਤੇ ਮਹਾਰਾਜ ਜੀ ਨੇ, ਬਹੁਤੇ ਦੁਸ਼ਮਣ ਮਾਰ ਦਿੱਤੇ ਹੈ। ਅਬ ਦਰਸ਼ਨ ਕਰਨੋ ਬਣ ਆਵੈ, ਹੁਣ ਭਾਈ ਗੁਰਦਾਸ ਜੀ ਗੁਰੂ ਸਾਹਿਬ ਦਾ ਦਰਸ਼ਨ ਕਰਨਾ ਬਣਦਾ ਹੈ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲੀਏ। ਮਿਲ ਕਰ ਸੁਧ ਸਗਰੀ ਕੋ ਪਾਵੈ, ਤੇ ਮਿਲ ਕੇ ਮਹਾਰਾਜ ਜੀ ਦੇ ਕੋਲ ਚੱਲੀਏ, ਦਰਸ਼ਨ ਕਰੀਏ, ਸਾਰੀ ਖਬਰ ਸਾਰ ਲੈਣਾ ਕਰੀਏ। ਸੁਣ ਗੁਰਦਾਸ ਹਿਰਦੇ ਬਹੁ ਭਾਈ, ਤੇ ਭਾਈ ਗੁਰਦਾਸ ਜੀ ਸੁਣ ਕਰਕੇ ਤਿਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ, ਪੰਥ ਚੱਲੇ ਸਭ ਬਿਲਮ ਬਿਹਾਈ, ਤੇ ਦੇਰੀ ਛੱਡ ਦਿੱਤੀ, ਫਿਰ ਕਹਿੰਦੇ ਹਾਂ ਬਾਬਾ ਬੁੱਢਾ ਸਾਹਿਬ ਜੀ ਚੱਲੀਏ, ਛੇਤੀ ਚੱਲੀਏ, ਮਹਾਰਾਜ ਜੀ ਦਾ ਦਰਸ਼ਨ ਕਰੀਏ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਰਸਤੇ ਤੇ ਚੱਲ ਪਏ। ਪ੍ਰਥਮ ਸੁਧਾਸਰ ਆਨ ਸ਼ਨਾਨੇ, ਪਹਿਲਾਂ ਅੰਮ੍ਰਿਤਸਰ ਸਾਹਿਬ ਆ ਕਰਕੇ ਇਸ਼ਨਾਨ ਕੀਤਾ ਹੈ। ਹੁਣ ਬਾਬਾ ਬੁੱਢਾ ਸਾਹਿਬ ਜੀ ਦੀ ਜਿਨ੍ਹਾਂ ਦੀ ਏਡੀ ਵੱਡੀ ਵਡਿਆਈ ਹੈ, ਉਹ ਵੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਹੈ। ਭਾਈ ਗੁਰਦਾਸ ਜੀ ਨੇ ਇਸ਼ਨਾਨ ਕੀਤਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਇਸ਼ਨਾਨ ਕਰਦੇ ਹੈ ਸੱਚੇ ਪਾਤਸ਼ਾਹ। ਇਹ ਗਰੀਬ ਨਿਵਾਜ ਨੇ ਰੀਤ ਤੋਰੀ ਹੈ, ਇਉਂ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੇ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ। ਸ੍ਰੀ ਹਰਿਮੰਦਰ ਦਰਸ਼ਨ ਠਾਨੇ, ਅੰਦਰ ਜਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕੀਤੇ ਆ। ਤੀਨ ਸਿੱਖ ਤਹਿ ਅਪਰ ਮਿਲੇ ਹੈ, ਤਿੰਨ ਸਿੱਖ ਹੋਰ ਉੱਥੇ ਜਿਹੜੇ ਸੀ, ਜਦੋਂ ਪਤਾ ਲੱਗਾ ਕਿ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਚੱਲੇ ਆ, ਉਹ ਵੀ ਨਾਲ ਤੁਰ ਪਏ ਆ। ਸੁਣ ਸੁਧ ਗੁਰ ਕੇ ਦਰਸ ਚੱਲੇ ਹੈ, ਉਹ ਵੀ ਖਬਰ ਲੱਗੀ ਤਾਂ ਮਹਾਰਾਜ ਦੇ ਦਰਸ਼ਨਾਂ ਨੂੰ ਮਨ ਲਲਚਾਇਆ ਕਿ ਮਹਾਰਾਜ ਸਾਨੂੰ ਵੀ ਨਾਲ ਲੈ ਚੱਲੋ। ਇਉਂ ਸਿੱਖ ਤੁਰ ਪਏ ਤਿੰਨ ਹੋਰ। ਜੋਧ ਅਜਿਤਾ ਤੀਸਰ ਜੀਵਾ, ਭਾਈ ਜੋਧ ਜੀ, ਭਾਈ ਅਜਿਤਾ ਜੀ, ਭਾਈ ਜੀਵਾ ਜੀ, ਇਹ ਤਿੰਨ ਸਿੱਖ ਨੇ ਜਿਹੜੇ ਨਾਲ ਤੁਰੇ ਹਨ। ਪੰਚੋਂ ਚਲੇ ਪ੍ਰੇਮ ਕੀ ਸੀਵਾ, ਇਹ ਪੰਜੇ ਹੀ ਸਿੱਖ ਜਿਨ੍ਹਾਂ ਦੇ ਮੁਖੀ ਬਾਬਾ ਬੁੱਢਾ ਸਾਹਿਬ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹਨਾਂ ਦੇ ਪ੍ਰੇਮ ਦੀ ਸੀਵਾ ਨੂੰ ਕੋਈ ਮਿਲ ਨਹੀਂ ਸਕਦਾ ਕਿ ਇਹਨਾਂ ਸਿੱਖਾਂ ਅੰਦਰ ਪ੍ਰੇਮ ਦੀ ਕੀ ਹੱਦ ਵੈ। ਇਹੋ ਜੇ ਮਹਾਰਾਜ ਦੇ ਪਿਆਰੇ ਸਿੱਖ ਹਨ। ਤੀਰ ਬਿਪਾਸਾ ਕੇ ਚੱਲ ਆਏ, ਜਦੋਂ ਬਿਆਸ ਦਰਿਆ ਦੇ ਕੰਢੇ ਦੇ ਕੋਲ ਚੱਲ ਕਰਕੇ ਆ ਗਏ, ਸਤਿਗੁਰ ਜਸ ਘਰ ਘਰ ਸੁਣ ਪਾਏ, ਤਾਂ ਤੁਰੇ ਤੁਰੇ ਜਾਂਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਘਰ ਘਰ ਵਿੱਚ ਹੋ ਰਿਹਾ, ਇਹ ਸਿੱਖਾਂ ਨੇ ਸੁਣਿਆ ਕੰਨਾਂ ਵਿੱਚ। ਮੁਗਲ ਮਾਰ ਗੁਰ ਭਇਓ ਵਡੇਰਾ, ਜਿਹੜੇ ਦੁਖੀ ਲੋਕ ਹੈ ਨਾ, ਉਹ ਪਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਕੀ ਕਹਿੰਦੇ ਆ, ਕਹਿੰਦੇ ਮੁਗਲ ਮਾਰ ਨੇ, ਭਾਵ ਮੁਗਲਾਂ ਨੂੰ ਮਾਰਨ ਵਾਲੇ ਆ, ਤੇ ਜਿਹੜੇ ਸ਼ਰਧਾਵਾਨ ਨੇ ਉਹ ਕਹਿੰਦੇ ਨੇ ਨਿਰੰਕਾਰ ਦਾ ਸਰੂਪ ਨੇ ਸਤਿਗੁਰੂ ਜੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਭਾਈ ਨੰਦ ਲਾਲ ਜੀ ਕਹਿੰਦੇ ਨੇ ਚਸ਼ਮਦਰ ਹਰ ਨੂਰ ਗੁਰੂ ਗੋਬਿੰਦ ਸਿੰਘ, ਜਿਸਮ ਹਰ ਦਰ ਨੂਰ ਗੁਰੂ ਗੋਬਿੰਦ ਸਿੰਘ, ਤੇ ਜਿਹੜੇ ਦੁਸ਼ਮਣ ਸੀ ਉਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦੇ ਸੀ ਮਰੈਲਾ ਗੁਰੂ, ਕਿ ਮਾਰ ਦੇਣ ਵਾਲੇ ਆ। ਜਿਨ੍ਹਾਂ ਨੂੰ ਸਤਿਗੁਰੂ ਦਾ ਦਰਸ਼ਨ ਸ਼ਰਧਾ ਪਿਆਰ ਨਾਲ ਹੁੰਦਾ ਹੈ, ਉਹ ਸਤਿਗੁਰੂ ਜੀ ਨੂੰ ਨਿਰੰਕਾਰ ਸਰੂਪ ਜਾਣਦੇ ਆ। ਉਸ ਦੇਸ਼ ਦੇ ਜਿਹੜੇ ਲੋਕ ਦੁਖੀ ਹੈ ਸੁਣਦੇ ਆ ਬਾਬਾ ਬੁੱਢਾ ਸਾਹਿਬ ਜੀ, ਸਿੱਖ ਵੀ ਸੁਣ ਰਹੇ ਹੈ ਕਿ ਇਹ ਤਾਂ ਮੁਗਲਾਂ ਨੂੰ ਮਾਰ ਦੇਣ ਵਾਲੇ ਹੈ। ਰਣ ਘਾਲਿਓ ਘਮਸਾਨ ਘਨੇਰਾ, ਬਹੁਤ ਘਮਾਸਾਨ ਦਾ ਯੁੱਧ ਜਿਹੜਾ ਸੀ ਗੁਰੂ ਸਾਹਿਬ ਜੀ ਨੇ ਕੀਤਾ। ਗ੍ਰਾਮ ਗ੍ਰਾਮ ਮੈਂ ਕਹਿ ਸੁਣਾਵੈ, ਤੇ ਨਗਰਾਂ ਨਗਰਾਂ ਵਿੱਚ ਲੋਕ ਕਹਿ ਕਹਿ ਕੇ ਸੁਣਾਉਂਦੇ ਆ। ਸੁਣ ਸੁਣ ਸਿੱਖ ਮੋਦ ਉਪਜਾਵੈ, ਸੁਣ ਸੁਣ ਕੇ ਸਿੱਖਾਂ ਦੇ ਮਨ ਬੜੇ ਖੁਸ਼ ਹੁੰਦੇ ਆ, ਬਹੁਤ ਖੁਸ਼ ਹੁੰਦੇ ਆ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੀ ਵਡਿਆਈ ਸੁਣ ਕਰਕੇ। ਅੱਗੇ ਸਤਿਗੁਰ ਕਥਾ ਸੁਣੀਜੈ, ਅੱਗੇ ਸਤਿਗੁਰਾਂ ਜੀ ਦੀ ਕਥਾ ਜਿਹੜੀ ਹੈ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੁਣਨਾ ਕਰੋ, ਜਿਸ ਤੇ ਸਕਲ ਕਾਮਨਾ ਲੀਜੈ, ਜਿਸ ਕਥਾ ਦੇ ਸੁਣਨ ਕਰਕੇ ਸਿੱਖੋ ਸਾਰੀਆਂ ਹੀ ਕਾਮਨਾਵਾਂ ਇੱਛਾ ਪੂਰੀਆਂ ਹੋ ਜਾਣਗੀਆਂ। ਵੇਖੋ ਇਸ ਕਥਾ ਦਾ ਫਲ ਵੀ ਸੁਣਨ ਦਾ ਨਾਲ ਦੱਸਦੇ ਹੈ। ਸੁੰਦਰ ਸਗਰੋ ਕੋਟ ਚਨਾਵਾ, ਮਹਾਰਾਜ ਨੇ ਸੁੰਦਰ ਜਿਹੜੀ ਕੰਧ ਸੀ ਨਾ ਕੋਟ,
ਉਹ ਸੋਹਣੀ ਮਹਾਰਾਜ ਨੇ ਚਿਣਵਾਈ ਕਰਵਾਈ ਹੈ। ਨਗਰ ਵਸਾਵਨ ਮਨ ਲਲਚਾਵਾ, ਨਗਰ ਦੇ ਵਸਾਉਣ ਵਾਸਤੇ ਸਤਿਗੁਰਾਂ ਜੀ ਦਾ ਮਨ ਲਲਚਾਇਆ, ਭਾਵ ਇੱਛਾ ਕੀਤੀ ਹੈ। ਤਦ ਵਿਸ਼ਵਕਰਮਾ ਨਰ ਤਨ ਧਰ ਕੇ, ਤਦੋਂ ਵਿਸ਼ਵਕਰਮਾ ਜਿਹੜਾ ਸੀ ਨਾ ਨਰ ਤਨ ਧਰ ਕੇ, ਮਨੁੱਖਾ ਸਰੀਰ ਧਾਰ ਕਰਕੇ, ਗੁਰ ਕਾਰਜ ਕੋ ਚਿਤਵਨ ਕਰਕੇ, ਗੁਰੂ ਸਾਹਿਬ ਜੀ ਦੇ ਕਾਰਜ ਨੂੰ ਸਾਧ ਸੰਗਤ ਜੀ ਮਨ ਦੇ ਅੰਦਰ ਚਿਤਵਨ ਕੀਤਾ ਕਿ ਮਹਾਰਾਜ ਜੀ ਦਾ ਇਹ ਕਾਰਜ ਹੈ। ਹੱਥ ਜੋੜ ਕਰ ਦਰਸ਼ਨ ਲੀਨਾ, ਹੱਥ ਜੋੜ ਕਰਕੇ ਆ ਕੇ ਦਰਸ਼ਨ ਵੇਖਿਆ। ਅੱਜ ਕੱਲ ਸ਼ੰਕੇ ਬੜੇ ਹੈ ਕਿ ਵਿਸ਼ਵਕਰਮਾ ਕਿਵੇਂ ਸਰੀਰ ਧਾਰ ਕੇ ਆ ਗਿਆ। ਅਖੇ ਜੀ, ਗੁਰਬਾਣੀ ਗਵਾਹੀ ਨਹੀਂ ਦਿੰਦੀ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਦੀ ਬਾਣੀ ਗਵਾਹੀ ਦਿੰਦੀ ਹੈ ਕਿ ਦੇਵਤੇ ਹੁੰਦੇ ਹੈ, ਸੇਵਾ ਵਿੱਚ ਰਹਿੰਦੇ ਹੈ, ਜਿਹੜੇ ਬਾਣੀ ਪੜ੍ਹਦੇ ਹੈ, ਨਾਮ ਜਪਦੇ ਹੈ, ਗੁਰੂ ਸਾਹਿਬ ਦੀ ਸੇਵਾ ਕਰਦੇ ਹੈ। ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਬਤ ਕਿਹਾ ਕਿ ਭਾਈ ਕੌਣ ਕਹੇ ਸ੍ਰੀ ਗੁਰਮਯੋ, ਕੌਣ ਕਹਿੰਦਾ ਗੁਰੂ ਰਾਮਦਾਸ ਸਾਹਿਬ ਜੀ ਮਰ ਗਏ, ਤੇ ਉਹ ਜ਼ਬਾਨ ਸੜ ਜੇ ਜਿਹੜਾ ਇਹ ਕਹਿੰਦਾ ਹੈ। ਭੱਟ ਜਨ ਜੀ, ਜੇ ਗੁਰੂ ਸਾਹਿਬ ਜੀ ਸਰੀਰ ਨਹੀਂ ਛੱਡਿਆ ਤੇ ਫਿਰ ਕਿੱਥੇ ਚਲੇ ਗਏ? ਕਹਿੰਦੇ ਦੇਵਪੁਰੀ ਮਹਿ ਗਯੋ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਜੀ ਦਿਓ ਸ੍ਰੀ ਗੁਰ ਤਹ ਬੈਠਾਯੋ, ਰਹਿਸ ਕੀਓ ਸੁਰ ਦੇਵ ਤੋਹੇ ਜਸ ਜੈ ਜਹ ਜਮ ਪਹਿ, ਪਾਪ ਗਏ ਤੇ ਭਾਗ। ਸੋ ਇਸ ਪ੍ਰਕਾਰ ਜਿਹੜਾ ਸੀ ਸਾਧ ਸੰਗਤ ਜੀ, ਅਸੁਰ ਗਏ ਤੇ ਭਾਗ, ਪਾਪ ਤਿੰਨ ਭੀਤਰ ਕੰਪਹਿ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਦਾ ਜਸ ਦੇਵਤੇ ਕਰਦੇ ਹੈ। ਜਿਹੜਾ ਸਾਧ ਸੰਗਤ ਜੀ ਦੇਵਤਿਆਂ ਦਾ ਦਰਸ਼ਨ ਕਰਨ ਵਾਸਤੇ ਆਉਣਾ, ਇਹ ਇਤਿਹਾਸ ਗਵਾਹੀ ਦਿੰਦਾ, ਗੁਰਬਾਣੀ ਗਵਾਹੀ ਦਿੰਦੀ ਹੈ। ਸ਼ਰਧਾਵਾਨ ਸਿੱਖ ਨੂੰ ਮਹਾਰਾਜ ਦੀ ਬਾਣੀ ਦੇ ਉੱਪਰ ਸ਼ਰਧਾ ਕਰਨੀ ਚਾਹੀਏ, ਸ਼ੰਕਾ ਨਹੀਂ ਪੈਦਾ ਕਰਨੀ ਚਾਹੀਦੀ। ਵਿਸ਼ਵਕਰਮਾ ਮਨੁੱਖਾ ਸਰੀਰ ਧਾਰ ਕੇ ਸੇਵਾ ਵਾਸਤੇ ਆਇਆ ਏ। ਹੱਥ ਜੋੜ ਕਰ ਦਰਸ਼ਨ ਲੀਨਾ, ਹੱਥ ਜੋੜ ਕੇ ਮਹਾਰਾਜ ਜੀ ਦਾ ਆ ਕੇ ਦਰਸ਼ਨ ਕੀਤਾ ਹੈ। ਪਦ ਅਰਬਿੰਦਨ ਬੰਦਨ ਕੀਨਾ, ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਆ ਕੇ ਨਮਸਕਾਰ ਕੀਤੀ। ਮੇਧਾਵੀ ਨਿਜ ਨਾਮ ਧਰਾਇਓ, ਮਹਾਰਾਜ ਪੁੱਛਿਆ ਤੇਰਾ ਨਾਂ ਕੀ ਹੈ ਵੀ ਕਾਰੀਗਰਾ? ਕਹਿੰਦਾ ਮਹਾਰਾਜ ਮੇਰਾ ਨਾਮ ਮਾਧਵੀ ਹੈ। ਇਹੋ ਮਹਾਰਾਜ ਜੀ ਨੂੰ ਨਾਮ ਦੱਸਿਆ, ਮੇਧਾਵੀ ਜ਼ਿਕਰ ਆ ਰਿਹਾ ਹੈ, ਇਸ ਤਰ੍ਹਾਂ ਆਪਣਾ ਨਾਮ ਦੱਸਿਆ ਏ। ਗੁਰ ਸਨਮੁਖ ਹੋਏ ਬਾਕ ਅਲਾਇਓ, ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕੀਤੀ। ਆਪਣ ਸਫਲਤਾ ਕਰਵੇ ਕਾਰਨ, ਆਪਣੇ ਸਰੀਰ ਨੂੰ ਸਫਲਾਉਣ ਵਾਸਤੇ ਇਸ ਨੇ ਇਹ ਸੇਵਾ ਵਿਚ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਮੈਂ ਸੇਵਾ ਕਰ ਲਵਾਂ। ਆਇਓ ਤੁਮ ਹਿਤ ਨਗਰ ਉਸਾਰਨ, ਮਹਾਰਾਜ ਮੈਂ ਤਾਂ ਆਪ ਜੀ ਦੀ ਸੇਵਾ ਵਿਚ ਆਇਆ ਹੈ ਕਿ ਨਗਰ ਦੀ ਉਸਾਰੀ ਆਪ ਕਰਵਾ ਰਹੇ ਹੋ। ਇਸ ਵਿਦਿਆ ਮੈਂ ਮਹਾਪ੍ਰਵੀਨਾ, ਮਹਾਰਾਜ ਮੈਂ ਇਸ ਵਿਦਿਆ ਵਿਚ ਮਹਾਨ ਪ੍ਰਵੀਨ ਹਾਂ, ਸਿਆਣਾ ਹਾਂ ਮਹਾਰਾਜ ਇਸ ਵਿਦਿਆ ਦੇ ਅੰਦਰ। ਆਇਸ ਦੀਜ ਹੈ ਰਚੋ ਨਵੀਨਾ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਸੋਹਣਾ ਜਿਹੜਾ ਨਗਰ ਵੈ ਉਹ ਰਚ ਦੇਵਾ। ਤਬ ਸਤਿਗੁਰ ਸਗਰੀ ਵਿਦ ਜਾਨ, ਤਦੋਂ ਸਤਿਗੁਰੂ ਜੀ ਸਾਰੀ ਵਿਧੀ ਇਹ ਜਾਣ ਕਰਕੇ ਕਹਿਓ ਭਲੇ ਨਿਜ ਕਰਨਾ ਠਾਨ, ਮਹਾਰਾਜ ਨੇ ਕਰੁਣਾ ਕਰਕੇ ਕਿਰਪਾ ਕਰਕੇ ਹਜ਼ੂਰ ਨੇ ਕਹਿਣਾ ਕੀਤਾ। ਸਭ ਕਾਰੀਗਰ ਮੈਂ ਮੁਖ ਹੋਵਾ, ਮਹਾਰਾਜ ਕਹਿੰਦੇ ਤੂੰ ਸਾਰੇ ਕਾਰੀਗਰਾਂ ਦਾ ਮੁਖੀ ਹੈ। ਮਹਾਰਾਜ ਨੇ ਉਹਨੂੰ ਸਾਰੇ ਕਾਰੀਗਰਾਂ ਦਾ ਮੁਖੀ ਥਾਪ ਦਿੱਤਾ। ਰਚੋ ਨਗਰ ਨੀਕੀ ਵਿਦ ਜੋਵਾ, ਚੰਗੇ ਤਰੀਕੇ ਨਾਲ ਮਹਾਰਾਜ ਕਹਿੰਦੇ ਸਾਰਾ ਨਗਰ ਜਿਹੜਾ ਨਾ ਵੇਖ ਕਰਕੇ ਸੋਹਣਾ ਬਣਾਉਣਾ ਕਰੋ। ਸਭ ਕੋ ਨਿਜ ਕਰ ਦੇਹੋ ਮਜ਼ਦੂਰੀ, ਤੇ ਤੂੰ ਆਪ ਹੀ ਭਾਈ ਸਾਰਿਆਂ ਨੂੰ ਆਪਣੇ ਹੱਥੋਂ ਮਜ਼ਦੂਰੀ ਜਿਹੜੀ ਆ ਮਿਹਨਤ ਦੇਣਾ ਕਰ। ਪੂਰਨ ਕਰੋ ਸੰਪੂਰਨ ਰੂਰੀ, ਤੇ ਸੁੰਦਰ ਇਹ ਨਗਰੀ ਜਿਹੜੀ ਆ ਬੜੀ ਛੇਤੀ ਤਿਆਰ ਕਰਨਾ ਕਰੋ। ਆਇਸ ਪਾਏ ਕਰੀ ਸਭ ਕਾਰ, ਆਗਿਆ ਪਾ ਕੇ ਮਹਾਰਾਜ ਜੀ ਦੀ ਤੇ ਸਾਰੀ ਕਾਰ ਜਿਹੜੀ ਸੀ ਉਹ ਕਰਨਾ ਕੀਤੀ। ਰਚੋ ਨਗਰ ਬੀਚੀ ਰੋ ਬਜ਼ਾਰ, ਸੋਹਣੀਆਂ ਗਲੀਆਂ ਸੋਹਣੇ ਬਾਜ਼ਾਰ ਜਿਹੜੇ ਸੀ ਉਹ ਸਾਧ ਸੰਗਤ ਜੀ ਰਚਨਾ ਕੀਤੇ। ਜਦੋਂ ਜਾਓ ਨਾ ਉਸ ਨਗਰ ਦੇ ਅੰਦਰ, ਅੱਜ ਵੀ ਉਹ ਤੁਸੀਂ ਸੋਹਣੀ ਰਚਨਾ ਵੇਖ ਸਕਦੇ ਹੋ। ਆਦ ਮਸੀਤ ਸਦਨ ਤਬ ਸਾਰੇ, ਮਸੀਤ ਆਦਿਕ ਤੇ ਸਾਰੇ ਸਦਨ ਘਰ ਜਿਹੜੇ ਸਨ, ਕਰਵਾਵਨ ਲਾਗਸ ਤਬ ਤਿਆਰੇ, ਤਦੋਂ ਸੋਹਣੇ ਤਿਆਰ ਕਰਵਾਉਣ ਲੱਗ ਪਏ ਸਾਰੇ ਮਿਸਤਰੀ। ਬੈਠੇ ਸਤਿਗੁਰ ਲਾਏ ਦੀਵਾਨ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੈਠਦੇ ਆ ਸਤਿਗੁਰੂ ਜੀ ਦੀਵਾਨ ਲਾ ਕਰਕੇ। ਗਾਵਤ ਸ਼ਬਦ ਰਬਾਬੀ ਗਿਆਨ, ਬਹੁਤ ਜ਼ਿਆਦਾ ਸੋਹਣੇ ਸੁਰਾਂ ਨੂੰ ਮਿਲਾ ਕਰਕੇ ਰਾਗੀ ਸਿੱਖ ਮਹਾਰਾਜ ਦੇ ਹਜ਼ੂਰ ਬਾਣੀ ਦਾ ਗਾਇਨ ਕਰਦੇ ਆ। ਆਏ ਸਿੱਖ ਨੇ ਤਬਹਿ ਸੁਣਾਇਓ, ਇੱਕ ਸਿੱਖ ਆਇਆ ਮਹਾਰਾਜ ਜੀ ਦੀਵਾਨ ਲਾ ਕੇ ਹਜ਼ੂਰ ਤਖਤ ਤੇ ਸਜੇ ਬੈਠੇ ਹੈ। ਮਹਾਰਾਜ ਜੀ ਦੇ ਕੋਲ ਆ ਕੇ ਸਿੱਖ ਨੇ ਬੇਨਤੀ ਕੀਤੀ, ਬ੍ਰਿਧ ਸਾਹਿਬ ਗੁਰਦਾਸ ਹੈ ਆਇਓ, ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਆ ਰਹੇ ਹੈ, ਭਾਈ ਗੁਰਦਾਸ ਜੀ ਆ ਰਹੇ ਮਹਾਰਾਜ ਆਪਦੇ ਦਰਸ਼ਨ ਕਰਨ ਵਾਸਤੇ। ਸੁਣਤ ਮੁਦਤ ਸ੍ਰੀ ਹਰਗੋਬਿੰਦ, ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਹੁਤ ਪ੍ਰਸੰਨ ਹੋਏ ਜਦੋਂ ਬਾਬਾ ਬੁੱਢਾ ਸਾਹਿਬ ਦਾ ਆਉਣਾ ਸੁਣਿਆ। ਨਿਕਟ ਹਕਾਰਿਓ ਵਿਧੀਆ ਚੰਦ, ਮਹਾਰਾਜ ਨੇ ਵਿਧੀ ਚੰਦ ਜੀ ਨੂੰ ਉਸੇ ਵੇਲੇ ਕੋਲ ਬੁਲਾਉਣਾ ਕੀਤਾ। ਲੇਕਰ ਬਿੰਦ ਸਿੱਖ ਚੱਲ ਜਾਵੋ, ਮਹਾਰਾਜ ਕਹਿੰਦੇ ਵਿਧੀ ਚੰਦ
ਬਹੁਤ ਸਾਰੇ ਸਿੱਖਾਂ ਨੂੰ ਨਾਲ ਲੈ ਕਰਕੇ ਜਾਣਾ ਕਰੋ। ਸਾਦਰ ਬੰਦਨ ਕਰ ਇਤ ਲਿਆਵੋ। ਬਹੁਤ ਸਤਿਕਾਰ ਨਾਲ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਸਤਿਕਾਰ ਨਾਲ ਉਹਨਾਂ ਨੂੰ ਨਗਰ ਵਿੱਚ ਲੈ ਕੇ ਆਉਣਾ ਕਰੋ। ਸੁਣ ਵਿਧੀਆ ਸਿੱਖ ਗਨ ਲੈ ਗਯੋ। ਬਾਬਾ ਵਿਧੀ ਚੰਦ ਜੀ ਸੁਣ ਕੇ ਬਹੁਤ ਸਿੱਖਾਂ ਨੂੰ ਨਾਲ ਲੈ ਕਰਕੇ ਬੜੀ ਛੇਤੀ ਨਾਲ ਗਏ। ਜਾਏ ਬ੍ਰਿਧ ਕੋ ਦਰਸ਼ਤ ਭਇਓ। ਜਾ ਕੇ ਵਿਧੀ ਚੰਦ ਜੀ ਨੇ ਬਾਬਾ ਬੁੱਢਾ ਸਾਹਿਬ ਦਾ ਦਰਸ਼ਨ ਕੀਤਾ। ਨਮੋ ਕਰੀ ਸਭ ਨੇ ਸਨਮਾਨ। ਸਾਰੇ ਸਿੱਖਾਂ ਨੇ ਵਿਧੀ ਚੰਦ ਜੀ ਨੇ ਨਮਸਕਾਰ ਕੀਤੀ, ਬਾਬਾ ਬੁੱਢਾ ਸਾਹਿਬ ਨੂੰ ਸਨਮਾਨ ਕੀਤਾ। ਆਏ ਗੁਰ ਢਿਗ ਕਰ ਅਗਵਾਨ। ਤੇ ਗੁਰੂ ਸਾਹਿਬ ਜੀ ਦੇ ਵੱਲ ਨੂੰ ਤੁਰ ਪਏ ਬਾਬਾ ਬੁੱਢਾ ਸਾਹਿਬ ਨੂੰ ਅੱਗੇ ਤੋਰ ਕਰਕੇ। ਅੱਗੇ ਨਹੀਂ ਤੁਰਦਾ ਬਾਬਾ ਬੁੱਢਾ ਸਾਹਿਬ ਤੋਂ ਕੋਈ ਵੀ, ਐਡਾ ਵੱਡਾ ਸਤਿਕਾਰ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਅੱਗੇ ਲਾ ਕਰਕੇ ਸਾਰੇ ਸਿੱਖ ਪਿੱਛੇ ਪਿੱਛੇ ਤੁਰ ਪਏ ਆ। ਦੇਖ ਦੂਰ ਤੇ ਹਰਗੋਬਿੰਦ। ਜਦੋਂ ਬਾਬਾ ਬੁੱਢਾ ਸਾਹਿਬ ਜੀ ਸਮੂਹ ਸਿੱਖਾਂ ਦੇ ਸਮੇਤ ਤੁਰੇ ਆ ਰਹੇ ਹੈ, ਹਜ਼ੂਰ ਤਖ਼ਤ ਤੇ ਬੈਠੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਦੋਂ ਦੂਰੋਂ ਬਾਬਾ ਬੁੱਢਾ ਸਾਹਿਬ ਨੂੰ ਵੇਖਿਆ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਉੱਠੇ ਤੁਰਤ ਹੀ ਜੋਤ ਸਿੱਖ ਬ੍ਰਿੰਦ। ਸੱਚੇ ਪਾਤਸ਼ਾਹ ਜੀ ਬਹੁਤ ਜਲਦ ਉਸੇ ਸਮੇਂ ਮਹਾਰਾਜ ਨੇ ਤਖ਼ਤ ਦਾ ਆਸਣ ਛੱਡ ਦਿੱਤਾ। ਗਰੀਬ ਨਵਾਜ ਨੇ ਬਾਬਾ ਬੁੱਢਾ ਸਾਹਿਬ ਦੇ ਸਤਿਕਾਰ ਵਾਸਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਠ ਪਏ। ਜਦੋਂ ਸਤਿਗੁਰੂ ਜੀ ਤਖ਼ਤ ਤੋਂ ਉੱਠਿਆ ਕਰਦੇ, ਉਸੇ ਸਮੇਂ ਬੈਠੀ ਸਾਰੀ ਸੰਗਤ ਉੱਠ ਪਈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਵੇਖੋ ਬਾਬਾ ਬੁੱਢਾ ਸਾਹਿਬ ਦਾ ਸਤਿਕਾਰ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਵੇਖਦਿਆਂ ਸਾਰੀ ਹਜ਼ੂਰ ਤਖ਼ਤ ਤੋਂ ਉੱਠ ਪਏ ਆ। ਦਰਸ਼ਨ ਕਰਤ ਆਨੰਦ ਬਿਲੰਦੇ। ਬਹੁਤ ਜਦੋਂ ਦੂਰੋਂ ਹੀ ਦਰਸ਼ਨ ਹੋਇਆ ਬਾਬਾ ਬੁੱਢਾ ਸਾਹਿਬ ਦਾ, ਬਹੁਤ ਸਤਿਗੁਰੂ ਜੀ ਖੁਸ਼ ਹੋਏ, ਬਹੁਤ ਮਨ ਪ੍ਰਸੰਨ ਹੋਇਆ ਮਹਾਰਾਜ ਜੀ ਦਾ। ਪਦ ਬੰਦਤ ਦਹੁ ਦਿਸ਼ ਕਰ ਬੰਦੇ। ਤੇ ਸਾਧ ਸੰਗਤ ਜੀ, ਬਾਬਾ ਬੁੱਢਾ ਸਾਹਿਬ ਜੀ ਵੀ ਆਪਣੇ ਬਿਰਧ ਹੱਥ ਜੋੜੀ ਜਾਂਦੇ ਆ। ਬਾਬਾ ਬੁੱਢਾ ਸਾਹਿਬ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੋਵੇਂ ਹੱਥ ਜੋੜ ਲਏ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਐਡਾ ਆਪਣੇ ਸਿੱਖ ਦਾ ਮਹਾਰਾਜ ਜੀ ਮਾਣ ਕਰਦੇ ਆ। ਬੁੱਢੇ ਚਰਨ ਗੁਰੂ ਕੇ ਗਏ। ਸਾਧ ਸੰਗਤ ਜੀ, ਬਾਬਾ ਬੁੱਢਾ ਸਾਹਿਬ ਜੀ ਗੁਰੂ ਮਹਾਰਾਜ ਦੇ ਚਰਨਾਂ ਨੂੰ ਗ੍ਰਹਿਣ ਕਰ ਲਿਆ, ਭਾਵ ਮਹਾਰਾਜ ਦੇ ਚਰਨਾਂ ਨੂੰ ਉਸੇ ਸਮੇਂ ਪਕੜਿਆ, ਨਮਸਕਾਰ ਕੀਤੀ ਆ। ਗੁਰ ਬ੍ਰਿਧ ਪਾਰ ਪਾਰ ਕਰ ਤਰ ਰਹੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਨੂੰ ਸਾਧ ਸੰਗਤ ਜੀ ਸਪਰਸ਼ ਕੀਤਾ ਹੈ। ਵੇਖੋ ਇਹ ਗਰੀਬ ਨਵਾਜ ਦੀ ਵੱਡੀ ਵਡਿਆਈ। ਸੱਚੇ ਪਾਤਸ਼ਾਹ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਨੂੰ ਪਰਸ ਰਹੇ ਹੈ। ਜਿਸ ਸਮੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਹੀਦ ਹੋਣ ਵਾਸਤੇ ਚੱਲੇ ਸੀ ਨਾ, ਮਹਾਰਾਜ ਨੇ ਆਖਿਆ ਸੀਗਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਸਦਾ ਗੁਰੂ ਨਾਨਕ ਸਾਹਿਬ ਦਾ ਸਰੂਪ ਜਾਣਨਾ, ਕਦੇ ਬਾਬਾ ਬੁੱਢਾ ਸਾਹਿਬ ਦਾ ਬਚਨ ਨਾ ਮੋੜਨਾ। ਸਾਡਾ ਇਤਿਹਾਸ ਜ਼ਿਕਰ ਕਰਦਾ ਹੈ ਕਿ ਇੱਕ ਵਾਰ ਸਤਿਗੁਰੂ ਜੀ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕੀਤਿਆਂ ਬੜਾ ਚਿਰ ਹੋਇਆ, ਜਾਓ ਸਾਡੀ ਪਾਲਕੀ ਸਾਹਿਬ ਸਿੱਖੋ ਲੈ ਕੇ ਜਾਓ ਤੇ ਬਾਬਾ ਬੁੱਢਾ ਸਾਹਿਬ ਨੂੰ ਲੈ ਕੇ ਆਓ। ਤੇ ਸਿੱਖ ਗਏ, ਮਹਾਰਾਜ ਦਾ ਹੁਕਮ ਦੱਸਿਆ, ਬਾਬਾ ਬੁੱਢਾ ਸਾਹਿਬ ਜੀ ਪਾਲਕੀ ਵਿੱਚ ਅਸਵਾਰ ਹੋਏ। ਜਦੋਂ ਪਾਲਕੀ ਵਿੱਚ ਅਸਵਾਰ ਹੋਏ ਤੇ ਸਿੱਖਾਂ ਨੇ ਪਾਲਕੀ ਨੂੰ ਮੋਢਾ ਦਿੱਤਾ ਲਈ ਆ ਰਹੇ ਬਾਬਾ ਬੁੱਢਾ ਸਾਹਿਬ ਨੂੰ, ਸਤਿਗੁਰੂ ਜੀ ਨੇ ਵੱਡੇ ਚਾਦਰੇ ਦੀ ਬੁੱਕਲ ਮਾਰ ਲਈ ਤੇ ਹਜ਼ੂਰ ਉਸ ਪਾਲਕੀ ਨੂੰ ਮੋਢਾ ਦੇਣ ਵਾਸਤੇ ਆ ਗਏ। ਜਿਸ ਵਕਤ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਾਲਕੀ ਨੂੰ ਮੋਢਾ ਲਾਇਆ ਨਾ, ਤੇ ਬਾਬਾ ਬੁੱਢਾ ਸਾਹਿਬ ਜੀ ਉਸੇ ਸਮੇਂ ਪਾਲਕੀ ਚੋਂ ਛਾਲ ਮਾਰ ਕੇ ਥੱਲੇ ਉਤਰ ਗਏ, ਮਹਾਰਾਜ ਦੇ ਚਰਨੀ ਪੈ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖਿਆ, ਬਾਬਾ ਬੁੱਢਾ ਸਾਹਿਬ ਜੀ ਤੁਸਾਂ ਸਾਨੂੰ ਪਛਾਣ ਲਿਆ, ਤੁਹਾਨੂੰ ਪਤਾ ਲੱਗ ਗਿਆ ਅਸੀਂ ਮੋਢਾ ਦਿੱਤਾ ਹੈ। ਤੇ ਬਾਬਾ ਬੁੱਢਾ ਸਾਹਿਬ ਨੇ ਆਖਿਆ, ਮਹਾਰਾਜ ਇਹ ਵਰ ਤਾਂ ਤੁਸਾਂ ਮੈਨੂੰ ਪਹਿਲੇ ਸਰੂਪ ਚ ਹੀ ਦੇ ਦਿੱਤਾ ਸੀ ਕਿ ਅਸੀਂ ਸਾਰੀ ਕਾਇਨਾਤ ਕੋਲੋਂ ਛੁਪ ਜਾਈਏ, ਪਰ ਤੁਹਾਡੇ ਕੋਲੋਂ ਨਹੀਂ ਕਦੇ ਛੁਪ ਸਕਦੇ, ਸਾਡਾ ਸਰੂਪ ਤੁਹਾਡੇ ਤੋਂ ਕਦੇ ਓਹਲੇ ਨਹੀਂ ਹੋਵੇਗਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇਹ ਵਰਿਆਈ ਦਿੱਤੀ ਸੀ, ਬਾਬਾ ਬੁੱਢਾ ਸਿੱਖੀ ਦੀ ਹੱਦ ਤੈਥੋਂ ਓਹਲੇ ਕਦੇ ਨਾ ਹੋ ਸਕ। ਇਹ ਮਹਾਰਾਜ ਨੇ ਵੀ ਗੁਰੂ ਜੀ ਨੇ ਵਡਿਆਈ ਬਾਬਾ ਬੁੱਢਾ ਸਾਹਿਬ ਨੂੰ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੇ ਚਰਨ ਪਰਸੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਕਾਰ ਕਰਦੇ ਬਾਬਾ ਬੁੱਢਾ ਸਾਹਿਬ ਦੇ ਚਰਨ ਪਰਸੇ ਆ। ਸ੍ਰੀ ਨਾਨਕ ਸਮ ਜਾਣਹਿ ਤਮ ਕੋ। ਤੇ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਆ ਸਤਿਗੁਰੂ ਜੀ ਕਿ ਬਾਬਾ ਬੁੱਢਾ ਸਾਹਿਬ ਜੀ ਅਸੀਂ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਕਰਕੇ ਆਪ ਜੀ ਨੂੰ ਜਾਣਦੇ ਹਾਂ। ਲਖੋ ਆਪਨੇ ਸੇਵਕ ਹਮਕੋ। ਗੁਰੂ ਮਹਾਰਾਜ ਕਿੱਡੀ ਨਿਮਰਤਾ ਨਾਲ ਕਹਿੰਦੇ ਆ, ਮਹਾਰਾਜ ਕਹਿੰਦੇ ਸਾਨੂੰ ਆਪਣੇ ਸੇਵਕ ਜਾਣੋ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਵਡਿਆਈ ਬਖਸ਼ਦੇ ਆ। ਤਿਮ ਗੁਰਦਾਸ ਸੰਗ ਗੁਰ ਮਿਲੇ। ਤਿਵੇਂ ਭਾਈ ਗੁਰਦਾਸ ਜੀ ਨੇ ਅੱਗੇ ਹੋ ਕੇ ਸਤਿਗੁਰਾਂ ਜੀ ਦੇ ਚਰਨ ਪਰਸੇ ਆ। ਕੁਸ਼ਲ ਪ੍ਰਸ਼ਨ ਕਰ ਹਿਤ ਸੋ ਭਲੇ। ਤੇ ਹਿਤ ਦੇ ਨਾਲ ਪਿਆਰ ਦੇ ਨਾਲ ਸਭ ਸਿੱਖਾਂ ਨੂੰ ਮਹਾਰਾਜ ਸੁਖ ਆਨੰਦ ਪੁੱਛੀ ਆ। ਜਿਹੜੇ ਪੰਜ ਸਿੱਖ ਬਾਬਾ ਬੁੱਢਾ ਸਾਹਿਬ ਸਮੇਤ ਆਏ ਆ,
ਨੋਹ ਸਿੱਖਣ ਗੁਰ ਪਦ ਬੰਦੇ। ਸਤਿਗੁਰਾਂ ਜੀ ਦੇ ਚਰਨਾਂ ਦੇ ਉੱਤੇ ਤਿੰਨ ਸਿੱਖ ਜਿਹੜੇ ਆਏ, ਭਾਈ ਅਜਿੱਤਾ, ਭਾਈ ਜੀਵਾ ਜੀ, ਇਹਨਾਂ ਮਹਾਰਾਜ ਦੇ ਚਰਨ ਪਰਸੇ ਆ। ਖੁਸ਼ੀ ਕਰੀ ਸਭ ਬੈਠ ਆਨੰਦੇ। ਮਹਾਰਾਜ ਨੇ ਖੁਸ਼ੀ ਕੀਤੀ ਸਿੱਖਾਂ ਉੱਤੇ ਤੇ ਹਜੂਰ ਚੱਲਦੇ ਹੋਏ ਤਖ਼ਤ ਤੇ ਆ ਕੇ ਬੈਠ ਗਏ ਬੜੇ ਆਨੰਦ ਸਹਿਤ। ਸ੍ਰੀ ਗੁਰੂ ਬ੍ਰਿਧ ਕੋ ਗਹਿ ਕਰ ਹਾਥ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਹੱਥ ਫੜ ਕੇ ਆਪਣੇ ਨਾਲ ਤੋਰਦੇ ਆ। ਇੱਕ ਆਸਨ ਬੈਠੇ ਲੈ ਸਾਥ। ਉਸੇ ਹੀ ਗੁਰਿਆਈ ਤਖ਼ਤ ਤੇ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਨਾਲ ਲੈ ਕੇ ਬੈਠੇ ਆ ਸੱਚੇ ਪਾਤਸ਼ਾਹ। ਗਰੀਬ ਨਵਾਜ ਨੇ ਵੱਖਰੇ ਆਸਣ ਤੇ ਨਹੀਂ ਬਿਠਾਇਆ, ਜਿਸ ਆਸਣ ਤੇ ਸੱਚੇ ਪਾਤਸ਼ਾਹ ਆਪ ਬੈਠੇ ਹੈ ਉਸੇ ਆਸਣ ਤੇ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਬਿਠਾਇਆ ਏ। ਮਨੋ ਦੇਵ ਗੁਰ ਬਿਸ਼ਨ ਮਿਲੇ ਹੈ। ਜਾਣਨਾ ਕਰੋ ਜਿਵੇਂ ਗਿਆਨ ਸਰੂਪ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇੱਥੇ ਕਵੀ ਰਾਜ ਦ੍ਰਿਸ਼ਟਾਂਤ ਦਿੰਦੇ ਆ, ਜਿਵੇਂ ਬ੍ਰਹਸਪਤ ਦੇਵਤਾ ਹੀ ਆ ਕੇ ਵਿਸ਼ਨੂੰ ਨੂੰ ਮਿਲਿਆ ਹੋਵੇ। ਇਹ ਇੱਕ ਅੰਗੀ ਦ੍ਰਿਸ਼ਟਾਂਤ ਸੋਭਾ ਤੋਂ ਹੈ ਕਿ ਬਾਬਾ ਬੁੱਢਾ ਸਾਹਿਬ ਦੇ ਅੰਦਰ ਕੋਈ ਭੇਦ ਫਰਕ ਨਹੀਂ ਹੈ, ਮਹਾਰਾਜ ਦਾ ਹੀ ਸਰੂਪ ਨੇ, ਸੱਚੇ ਪਾਤਸ਼ਾਹ ਨੇ ਏਡਾ ਮਾਣ ਬਖਸ਼ਿਆ ਏ। ਉਗਰ ਸੈਨ ਜਿਮ ਕ੍ਰਿਸ਼ਨ ਰਲੇ ਹੈ। ਦੂਸਰਾ ਪ੍ਰਮਾਣ ਦਿੰਦੇ ਜਿਵੇਂ ਕ੍ਰਿਸ਼ਨ ਜੀ ਨੇ ਉਗਰ ਸੈਨ ਰਾਜੇ ਨੂੰ ਆਪਣੇ ਨਾਨਾ ਜੀ ਨੂੰ ਆਪਣੇ ਬਰਾਬਰ ਬਿਠਾਇਆ ਸੀਗਾ। ਬਚਨ ਬਿਲਾਸ ਮੁੱਦਤ ਹੋਏ ਕਰੇ। ਬਹੁਤ ਆਨੰਦਿਤ ਹੋ ਕਰਕੇ ਬਚਨ ਬਿਲਾਸ ਕੀਤੇ ਸੱਚੇ ਪਾਤਸ਼ਾਹ ਜੀ, ਉਹ ਬਚਨ ਬਿਲਾਸ ਕਰ ਰਹੇ ਆ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਸਾਧ ਸੰਗਤ ਜੀ। ਜਿਵੇਂ ਹੁਣ ਬਾਬਾ ਬੁੱਢਾ ਸਾਹਿਬ ਜੀ ਨਾਮ ਧਰਦੇ ਆ ਨਾ ਇਸ ਨਗਰ ਦਾ, ਉਹ ਸਾਖੀ ਆਵੇਗੀ। ਗਰੀਬ ਨਵਾਜ ਸੱਚੇ ਪਾਤਸ਼ਾਹ ਸਾਰਾ ਨਗਰ ਦਿਖਾਉਣਗੇ ਬਾਬਾ ਬੁੱਢਾ ਸਾਹਿਬ ਨੂੰ ਆਪ ਬੜੇ ਪਿਆਰ ਨਾਲ, ਜਿਵੇਂ ਅੱਗੇ ਇਤਿਹਾਸ ਆਵੇਗਾ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸ੍ਰੀ ਗੁਰੂ ਬ੍ਰਿਧ ਕੋ ਗਹਿ ਕਰ ਹਾਥ। ਇੱਕ ਆਸਨ ਬੈਠੇ ਲੈ ਸਾਥ। ਮਨੋ ਦੇਵ ਗੁਰ ਬਿਸ਼ਨ ਮਿਲੇ ਹੈ। ਉਗਰ ਸੈਨ ਜਿਮ ਕ੍ਰਿਸ਼ਨ ਰਲੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।